ਆਪਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ ਫਿਰੋਜ਼ਪੁਰ ਪਹੁੰਚੀ ਆ। ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ, ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ, ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ। ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ। ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ ਆ, ਤੁਸੀਂ ਵੀ ਸੁਣ ਲਿਓ। ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ, ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ, ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ, ਉਹ ਬੰਦਿਆਂ ਨੂੰ ਇਨ 12 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ। ਪਹਿਲਾਂ ਵੀ ਪਰਚੇ ਹੈਗੇ ਜੀ? ਜਿਹੜਾ ਗੁਰਵਿੰਦਰ ਇਹਦੇ 'ਤੇ ਦੋ ਪਰਚੇ ਹੈਗੇ ਆ, ਪਹਿਲਾਂ ਵੀ 16 ਕਿਲੋ ਹੈਰੋਇਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NDPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਆ, FIR ਨੰਬਰ 94। ਕਵਰ ਕੀਤਾ ਸੀਗਾ ਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਤੇ ਗਾਂ ਕਿੱਥੇ ਸਪਲਾਈ ਕਰਨੀ ਸੀ। ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ? ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰੋਇਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ, ਪਰ ਇਹ ਕਿੱਥੇ ਡਰੋਨ ਆਪਰੇਟ ਹੋਇਆ ਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਤੇ ਪਾਕਿਸਤਾਨ ਤੋਂ ਆਈ ਹੋਈ? ਹਾਂਜੀ, ਨੈਚੁਰਲੀ ਉੱਥੇ ਹੀ ਹੈ ਜੀ, ਇੱਕੋ ਹੀ ਸੋਰਸ ਹੈ ਸਾਡੇ ਕੋਲ। ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ, ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ, ਕੁਛ ਇਹਨਾਂ ਨੇ ਦੱਸਿਆ? ਉਹ ਤਫਤੀਸ਼ ਦਾ ਹਿੱਸਾ ਜੀ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ, ਰਿਵੀਲ ਹੋਏਗੀ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੀਰ ਪਾਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਈਦਰ ਇਹ ਇੱਥੇ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟੈਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆ ਰਹੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜਿਹਨਾਂ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਤੇ ਦੋ ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਆ, ਇਹ ਵੀ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਆ ਜਾਂ ਖੇਤ ਤੋਂ ਮਿਲੀ, ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕੀ? ਨਹੀਂ, ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਆ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਆ, ਝਬਾਲ ਥਾਰਾ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਉਠਾਈ ਹੈ? ਕੋਈ ਕੁਛ ਇਸ ਤਫਤੀਸ਼ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ,
क्योंकि जेकर ड्रोन की मूवमेंट नजर आती है तो उन्होंने वालों इमीजिएटली फायरिंग होने बाद जी मूवमेंट है बंद हो जाती है, या तो ड्रोन वापस चला जाता है इधर डिग पैंता या कुछ इदा कार्रवाई बी एस एफ वालों अमल में लिया जाती है। लगता जी कुछ इस दौरान इन्होंने को समगलर के जो कॉन्टैक्ट या संपर्क वो निकल के सामने आ सकते हैं, ये पॉसिबिलिटी रूल आउट नहीं की जा सकती क्योंकि 12 किलो भी कोई थोड़ी अमाउंट फिगर नहीं हैगी। जेकर देखा जाए हैरन के मामले के जेकर 12 किलो वाले ये है तो इन्होंने गांह देनी सी या खुद ने या हुण तक जिवें गुरविंदर बिंदर हैगा ये तो 2014 के 16 किलो हैरन का परचा हो चुका है। जे 16 किलो हैरन उदों डील करता सी 12 किलो हुण लैणा इहदा मतलब ये खुद भी वड्डे समगलर नाल इनवॉल्व है। वो चेक करते हैं जी तफ्तीश के दौरान जो सामने आया वो खुलासे किए जाएंगे। मार्केट वैल्यू की है जी? मार्केट वैल्यू तो तुहाडे वल्लों गदानी गई है जी, साडे वल्लों तो कोई नहीं है क्योंकि असीं कदे वेचण नहीं गए। सरहदों पार लगातार पाकिस्तान वालों पंजाब की जवानी नू खत्म करने लई चिट्टा हैरोइन की सप्लाई की जा रही है। तो लगातार फिरोजपुर की गल करते हैं तो सरहदों पार हैरोइन फिरोजपुर के दाखिल हो रही है, जिस नू फड़न दे विच वड्डी कामयाबी काउंटर इंटैलीजेंसी ने हासिल की है। दो व्यक्तियों नू गिरफ़्तार किया गया जिहड़ी हैरोइन ड्रोन के जरिए भारत पहुँची फिरोजपुर पहुँची आ। दोनों व्यक्ति जिला तरन तारण संबंधी दसे जा रहे हैं, नाम कुलवंत सिंह बिंदर सिंह दसिया जा रहा, जिस दे संबंध दे विच काउंटर इंटैलीजेंसी दे AIG लखवीर सिंह ने प्रेस कॉन्फ्रेंस दौरान एक गल का दावा किया कि जिहड़ियां कोशिशां हैगियां पाकिस्तान दियां लगातार वो जारी ने, पर काउंटर इंटैलीजेंसी वालों उन्हां कोशिशां नूं नाकामयाब किया जा रहा, जिस दे संबंध दे विच किले वाला चौंक दे विच नाके दौरान जब पुछगिछ की गई तो इन्हां दो व्यक्तियों तो पाकिस्तान तो ल्यांदी गई ड्रोन के जरिए 16 पैकेटां दे विच 12 किलो हैरन वो गिरफ़्तार कर ली गई है। दोनों व्यक्तियों को गिरफ़्तार कर लिया गया, होर कि जानकारी इन्हां दे हथ लगी है पुलिस के संबंध के AIG काउंटर इंटैलीजेंसी लखबीर सिंह ने प्रेस कॉन्फ्रेंस में की दस्या है, आ तुसी भी सुन लियो। यह हैरन जी है 12 किलो से काबू की है, जिदे दो बंदे स्विफ्ट कार काबू की है, जिदे गुरविंदर सिंह बिंदर ते कुलवंत सिंह कंता नां दे दो व्यक्ति जिहड़े झबाल थाणा PS झबाल जिला तरन तारण तो बिलोंग करते हैं, वो बंदियां नूं इन 12 किलो हैरन दे नाल काबू किया है। जिहड़ा गुरविंदर इहदे ते दो परचे हैगे आ, पहला भी एक 16 किलो हैरन का परचा 2014 का हैगा, तो एक 2017 दे विच NDPS का परचा हैगा, तो 2018 दे विच जिहड़ा कुलवंत सिंह कंता उहदे ते एक FIR दर्ज हैगी आ, FIR नंबर 94। बारे साडे कोल इंटैलीजेंस इनपुट सी जिहदे आधार ते सानूं पता सीगा वी इन्हां ने कोई हैरन की खेप लैके लंघना है, जिस आधार ते साडे वल्लों कार्रवाई करदे होइआं अलग अलग जिहड़ियां कंसर्न रोड सी उन्हां नूं कवर कीता सीगा, ते उस दौरान सानूं किले वाले चौंक दे विच इन्हां नूं काबू करन च सानूं सफलता मिली, तो फरदर इन्हां तों दे बैकवर्ड ते फारवर्ड लिंक तलाश किए जा रहे हैं भी इन्हां ने बेसिकली लैके कित्थों आए ने ते गांह कित्थे सप्लाई करनी सी। सर ड्रोन दे जरिए आई है जिहड़ी इन्वेस्टिगेशन च पता लगा होवे तां जिहड़ी मुढ़ली तफ्तीश उहदे दौरान यही सामने आया कि इह जिहड़ी हैरन है इह सारी ड्रोन दे रस्ते आई है, पर इह कित्थे ड्रोन ऑपरेट होया ते किहड़ी ड्रोन साइटिंग है उहनूं भी असीं चैक कर रहे हैं। इह पाकिस्तान तों आई होवेगी? हाँ जी नैचुरली उत्थे ही है जी, इक्को ही सोर्स है साडे कोल। सर इहदी वैसे मार्केट वैल्यू की हैगी है, और सर एक बेसिकली कित्थे लैके जानी सी कुछ इन्होंने दस्सो? वो तफ्तीश का हिस्सा जी, असीं इहनूं वेरीफाई कर रहे हैं भी इह कित्थे लैके जानी सी, क्योंकि फॉरवर्ड लिंक तां ही देखांगे ना, जेकर इन्हां दोवां नूं पुछांगे भी इह जानी कित्थे सीगी ते उन्हां दे जिहड़े टैक्निकली या फिजिकली या ह्यूमन इंट दे थ्रू जिन्नी भी सानूं इहदी इनफॉर्मेशन अगे निकलेगी रिवील होएगी वो तुहाडे नाल शेयर कर ली। सर देश दे अलग अलग हिस्सों च भी सर ये सर्कुलेट की जाती है जो इन्नी वड्डी खेप आती है? डिपेंड करता है ये दो चीज़ा ने, अदर ईधर ये कुछ हिस्सा इतने कंज्यूम होंगे कुछ हिस्सा हो सकता जिहड़े मैट्रो सिटीज़ ने उन्हां च भी जाता हो, पर अजे तक इदा का लिंक जिहड़ा है थ्रू इंटरोगेशन ही सामने आएगा, तफ्तीश करते हैं लेट अस चैक उहदे जो भी आ रहे। गड्डी इन्हां दे नाम ते है जी? गड्डी की वेरीफाई कर रहे हैं जी, गड्डी का नंबर साडे कोल आ गया, असीं उहनूं चैक करके तुहानूं क्लीयर कर देंगे। जिहड़ी गड्डी हैगी PB18 है वो बटाले का नंबर है, बेसिकली सैकेंड हैंड खरीदी हो सकती है, मतलब सैकेंड हैंड विकी हो सकती है, वो चैक कर लें जी। जिन्हां दा की क्या जी कार तो इलावा नहीं, कार 16 पैकेट जिहदा टोटल वजन 12 किलो हैरन ते 2 व्यक्ति है जी।
ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ ਵੀ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ ਕਿੱਥੋਂ ਇਹਨਾਂ ਨੇ ਕਿੱਥੋਂ ਕੀਤੀ ਨਹੀਂ ਉਹ ਪੜਤਾਲ ਦਾ ਵਿਸ਼ਾ ਜੀ ਸਾਨੂੰ ਪੜਤਾਲ ਕਰਨ ਦਿਓ ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ ਇਹਨਾਂ ਤੁਹਾਨੂੰ ਦੱਸਤਾ ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਆ ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ ਇਹਨੇ ਹੀਰੋਇਨ ਮਿਲੀ ਕਿਵੇਂ ਸਰ ਕਿਸੇ ਪਿੰਡ ਤੋਂ ਲੈ ਕੇ ਆਏ ਕਿਸੇ ਖੇਤ ਤੋਂ ਉਠਾਈ ਹੈ ਕੋਈ ਕੁਛ ਇਸ ਤੋਂ ਪਿੱਛੇ ਸਾਨੂੰ ਵੀ ਕਰ ਲੈਣ ਦਿਓ ਚੈੱਕ ਕਰ ਲਈਏ ਤੁਹਾਨੂੰ ਦੱਸ ਦਿਆਂਗੇ ਸਾਰੀ ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ ਹਮਿੰਗ ਸਾਊਂਡ ਹੁਣ ਡਰੋਨ ਦੀ ਹਮਿੰਗ ਸਾਊਂਡ ਸੋਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ ਇਸ ਕਰਕੇ ਥੋੜ੍ਹਾ ਜਿਹਾ ਕਿ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ ਇਹਦੇ ਵਿੱਚ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ ਉਹ ਚੈੱਕ ਕਰਦੇ ਹਾਂ ਜੀ ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਿਲ ਕੀਤੀ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ ਫਿਰੋਜ਼ਪੁਰ ਪਹੁੰਚੀ ਆ ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਦੱਸੇ ਜਾ ਰਹੇ ਆ ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ ਆ ਤੁਸੀਂ ਵੀ ਸੁਣ ਲਿਓ ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ ਉਹ ਬੰਦਿਆਂ ਨੂੰ ਇਹ 12 ਕਿਲੋ ਹੈਰਨ ਦੇ ਨਾਲ ਕਾਬੂ ਕੀਤਾ ਹੈ ਪਹਿਲਾਂ ਵੀ ਪਰਚੇ ਹੈਗੇ ਜੀ ਜਿਹੜਾ ਗੁਰਵਿੰਦਰ ਆ ਇਹਦੇ 'ਤੇ ਦੋ ਪਰਚੇ ਹੈਗੇ ਆ ਪਹਿਲਾਂ ਵੀ 16 ਕਿਲੋ ਹੈਰਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NTPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਆ FIR ਨੰਬਰ 94 ਕਾਰਵਾਈ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੀਆਂ ਕੰਸਰਨ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਅਤੇ ਪਾਕਿਸਤਾਨ ਤੋਂ ਆਈ ਹੋਈ ਹਾਂਜੀ ਨੈਚੁਰਲੀ ਉੱਥੇ ਹੀ ਹੈ ਜੀ ਇੱਕੋ ਹੀ ਸੋਰਸ ਹੈ ਸਾਡੇ ਕੋਲ
सर इहदी वैसे मार्केट वैल्यू की हैगी है और सर एक बेसिकली किथे लेके जानी सी कुछ इन्होंने दस्सो ओ तफ्तीश दा हिस्सा जी असीं इहनूं वेरीफाई कर रहे हैं भी इह किथे लेके जानी सी क्योंकि फॉरवर्ड लिंक ताहीं देखांगे ना जेकर इन्हां दोवां नूं पुछांगे भी इह जानी किथे सीगी ते उन्हां दे जिहड़े टैक्निकली या फिजिकली या ह्यूमन इंट दे थ्रू जिन्नी भी सानूं इहदी इनफॉर्मेशन अगे निकलेगी रिवील होएगी वो तुहाडे नाल शेयर कर लई सर। देश दे अलग-अलग हिस्सों च भी सर ये सर्कुलेट की जाती है जो इन्नी वड्डी खेप आंदी है डिपेंड करता है दो चीज़ा ने अदर ईधर ये कुछ हिस्सा इतने कंज्यूम होंगे कुछ हिस्सा हो सकता जिहड़े मैट्रो सिटीज़ ने उन्हां च भी जाता हो पर अजे तक इदा का लिंक जो है थ्रू इंटरोगेशन ही सामने आएगा तफ्तीश करते हैं लेट अस चैक जो भी आ गड्डी की वेरीफाई कर रहे हैं जी गड्डी का नंबर साढ़े को आ गया असी उन्होंने चैक करके तुहानू क्लीयर कर देंगे जी गड्डी हैगी पीबी 18 है वो बटाले का नंबर है बेसिकली सैकेंड हैंड खरीदी हो सकती है मतलब सैकेंड हैंड विकी हो सकती है वो चैक कर लें जी जिन्हें की क्या जी नहीं कार 16 पैकेट जिसका टोटल वजन 12 किलो हैरोइन ते 2 मतलब व्यक्ति है जी सर ये जी हीरोइन की गल कर रहे हैं भी किस जगह तो लेंदे की सी तालबंदी तो मिली है या खेत तो मिली कितों इन्होंने नहीं वो पड़ताल का विषय जी सानू पड़ताल करन दे असी तो बंदे फड़े ने हैरोइन दे नाल वो पड़ताल करांगे कि डर ड्रोन दे रस्ते आई है इन्हां तुहानू दस्सता हुण चैक करांगे किहदे खेत चों आई है जां किहड़े सोर्स इन्हां दा इत्थे हैगा जिहदे कोल लैके आए ने क्योंकि ये आप भी तरनतारन तों आए हैं झवाल थारा इत्थों भी काफ़ी दूर पैंदा असल च ना ड्रोन की जिहड़ी टेक्नोलॉजी है इहदे च सफिस्टिकेशन डे बाय डे वधी जा रही है ड्रोन पहला तो यह सीगा भी ड्रोन की जिहड़ी साउंड बहुत ज्यादा हुंदी सीगी हमिंग साउंड हुण ड्रोन की हमिंग साउंड सफिस्टिकेटेड पक्षियां वगैरह के करके ना जी ड्रोन की हमिंग साउंड उसका लैवल भी घट गया तो ड्रोन की जी पावर वह भी बढ़ गई है उसकी हाइट ज़्यादा हो जाती है इस करके नीचे सुनाई भी नहीं दी जितों तक ड्रोन के इंडीकेटर का सवाल हों भी दूरों चमक जाते हैं उत्ते भी मोटी ब्लैक टेप ला दी जाती है डबल टेप ताकि इंडीकेटर नज़र ही ना आए इस करके थोड़ा जा उस विषय से BSF में भी इन्हों तंगियों का सामना करना पै रहा क्योंकि जेकर ड्रोन की मूवमेंट नज़र आती है तो उन्होंने वालों इमीजिएटली फायरिंग होने बाद जी मूवमेंट है बंद हो जाती है या तो ड्रोन वापस चला जाता या इधर डिग पैंदा या कुछ इदा कार्रवाई BSF वालों अमल में ली जाती है लगता कि कुछ इस दौरान इन्हां दे कोलों वड्डे समगलरां दे जिहड़े कॉन्टैक्ट आ जां संपर्क ओह निकल के सामने आ सकदे इहदे विच पॉसिबिलिटी रूल आउट नहीं की जा सकती क्योंकि 12 किलो भी कोई थोड़ी अमाउंट फिगर नहीं हैगी जेकर देखा जाए हैरोइन के मामले के जेकर 12 किलो वाले यह है तो इन्होंने गांह देनी सी या खुद ने या हुण तक जिवें गुरविंदर बिंदर हैगा ये तो 2014 के 16 किलो हैरोइन का परचा हो चुका है जे 16 किलो हैरोइन उदों डील करता सी 12 किलो हुण लैणा इहदा मतलब ये खुद भी वड्डे समगलरां नाल इनवॉल्व है वो चैक करते हैं जी तफ्तीश के दौरान जो सामने आया वो खुलासे किए जाएंगे मार्केट वैल्यू तो वालों गदानी गई है जी साडे वालों तो कोई नहीं है क्योंकि अभी कभी बेच नहीं गए सरहदों पार लगातार पाकिस्तान वालों पंजाब की जवानी नूं खत्म करन लई चिट्टा हैरोइन की सप्लाई की जा रही है तो लगातार फिरोजपुर की गल करदे आं ते सरहदों पार हैरोइन फिरोजपुर के दाखिल हो रही है जिस नूं फड़न दे विच वड्डी कामयाबी काउंटर इंटैलीजेंसी ने हासिल की है दो व्यक्तियों नूं गिरफ़्तार किया गया जिहड़ी हैरोइन ड्रोन के जरिए भारत पहुँची फिरोजपुर पहुँची आ दोनों व्यक्ति जिला तरन तारण संबंधी दसे जा रहे हैं नाम कुलवंत सिंह बिंदर सिंह दसिया जा रहा जिस दे संबंध दे विच काउंटर इंटैलीजेंसी दे AIG लखवीर सिंह ने प्रेस कॉन्फ्रेंस दौरान गल का दावा किया कि जिहड़ियां कोशिशां हैगियां पाकिस्तान दियां लगातार वो जारी ने पर काउंटर इंटैलीजेंसी वालों उन्हां कोशिशां नूं नाकामयाब किया जा रहा जिस दे संबंध दे विच किले वाला चौंक दे विच नाके दौरान जब पुछगिछ की गई तो इन्हां दो व्यक्तियों तो पाकिस्तान तो ल्यांदी गई ड्रोन के जरिए 16 पैकेटां दे विच 12 किलो हैरोइन वो गिरफ़्तार कर ली गई है दोनों व्यक्तियों को गिरफ़्तार कर लिया गया होर कि जानकारी इन्हां दे हथ लगी है पुलिस के संबंध के AIG काउंटर इंटैलीजेंसी लखवीर सिंह ने प्रेस कॉन्फ्रेंस में की दस्या है तुसी भी सुन लियो यह हैरोइन जी है 12 किलो से काबू की है जिसके नाल दो बंदे स्विफ्ट कार काबू की है जिद गुरविंदर सिंह बिंदर ते कुलवंत सिंह कंता नाम के दो व्यक्ति जिहड़े झबाल थाना PS झबाल जिला तरन तारण तो बिलोंग करते हैं वो बंद 12 किलो हैरोइन के नाल काबू किया है जिहड़ा गुरविंदर इहदे ते दो परचे हैगे आ पहलां भी एक 16 किलो हैरोइन का परचा 2014 का हैगा ते एक 2017 दे विच NTPS का परचा हैगा ते 2018 दे विच जिहड़ा कुलवंत सिंह कंता उहदे ते एक FIR दर्ज हैगी आ FIR नंबर 94
ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ। ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ? ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ, ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਪਾਕਿਸਤਾਨ ਤੋਂ ਆਈ ਹੋਈ? ਹਾਂਜੀ, ਨੈਚੁਰਲੀ ਉੱਥੇ ਹੀ ਹੈ ਜੀ, ਇੱਕੋ ਹੀ ਸੋਰਸ ਹੈ ਸਾਡੇ ਕੋਲ। ਉਹ ਤਫਤੀਸ਼ ਦਾ ਹਿੱਸਾ ਜੀ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ, ਰਿਵੀਲ ਹੋਏਗੀ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਈਧਰ ਇਹ ਇੱਥੇ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ 2 ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ, ਇਹ ਵੀ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ ਇਹਨਾਂ ਨੇ? ਕਿੱਥੋਂ? ਨਹੀਂ, ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ। ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਆ, ਝਵਾਲ 18 ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਉਠਾਈ ਹੈ? ਕੋਈ ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ, ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ, ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ? ਇਹਦੇ ਵਿੱਚ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ। ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂ ਦੇਣੀ ਸੀ ਜਾਂ ਇਹ ਖੁਦ ਉਹਨੇ, ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ ਤੋਂ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ। ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ, 12 ਕਿਲੋ ਹੁਣ ਲੈਣਾ, ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ। ਉਹ ਚੈੱਕ ਕਰਦੇ ਹਾਂ ਜੀ, ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ। ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ, ਸਾਡੇ ਵੱਲੋਂ ਤਾਂ ਕੋਈ ਨਹੀਂ ਹੈ, ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ। ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ, ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ, ਫਿਰੋਜ਼ਪੁਰ ਪਹੁੰਚੀ ਆ। ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਿਹਾ, ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ, ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ
पाकिस्तान तो लियांदी गई ड्रोन के जरिए 16 पैकेटों के 12 किलो हैरोइन वो गिरफ़्तार कर ली गई है। दोनों व्यक्तियों को गिरफ़्तार कर लिया गया। होर कि जानकारी इन्ह के हथ लगी है पुलिस के संबंध के AIG काउंटर इंटैलीजेंसी लखबीर सिंह ने प्रेस कॉन्फ्रेंस में की दस्या है, आसी भी सुन लियो। यह हैरोइन जी है 12 किलो से काबू की है, जिसके नाल दो बंदे स्विफ्ट कार काबू की है, जिद गुरविंदर सिंह बिंदर ते कुलवंत सिंह कंता नाम के दो व्यक्ति जिहड़े झबाल थाना PS झबाल जिला तरन तारण तो बिलोंग करते हैं, वो बंद 12 किलो हैरोइन के नाल काबू किया है। जिहड़ा गुरविंदर इहदे ते दो परचे हैगे आ, पहला भी एक 16 किलो हैरोइन का परचा 2014 का हैगा, ते एक 2017 दे विच NTPS का परचा हैगा, ते 2018 दे विच जिहड़ा कुलवंत सिंह कंता उहदे ते एक FIR दर्ज हैगी आ, FIR नंबर 94। खेप लैके लंघना है, जिस आधार से साडे वल्लों कार्रवाई करदे होया अलग अलग जिहड़ियां कंसर्न रोड से उन्होंने कवर किया, उस दौरान सानू किले वाले चौक दे विच इन्हां नूं काबू करन च सानू सफलता मिली। तो फरदर इन्हों तो बैकवर्ड के फॉरवर्ड लिंक तलाश किए जा रहे हैं भी इन्होंने बेसिकली लैके कितों आए हैं तो गांह कितने सप्लाई करनी। सर ड्रोन के जरिए आई है जी इन्वेस्टिगेशन पता लगा होगा जी मुढ़ली तफतीश है दौरान यही सामने आया कि यह जी हैरोइन है सारी ड्रोन के रस्ते आई है, पर यह कितने ड्रोन ऑपरेट होया तो कि ड्रोन साइटिंग है उन्होंने भी अभी चैक कर रहे हैं। पाकिस्तान तो आई होगी? हाँ जी नैचुरली उत्थे ही है जी, एक ही सोर्स है साढ़े को। सर ये वैसे मार्केट वैल्यू की हैगी है, और सर एक बेसिकली कितने लेके जानी सी कुछ इन्होंने वो तफतीश का हिस्सा जी असं इन्हू वेरीफाई कर रहे हैं भी यह कितने लेके जानी सी, क्योंकि फॉरवर्ड लिंक ताही देखांगे ना, जेकर इन्होंने दोवां नू पुछांगे भी यह जानी कितने सी ते उन्होंने जिहड़े टैक्निकली या फिजिकली या ह्यूमन इंट दे थ्रू जिन्नी भी सानू इहदी इनफॉर्मेशन अगे निकलेगी रिवील होएगी वो तुहाडे नाल शेयर कर लई। सर देश के अलग अलग हिस्सों च भी सर ये सर्कुलेट की जाती है जो इन्नी वड्डी खेप आती है? डिपेंड करता है ये दो चीज़ा ने, अदर ईधर ये कुछ हिस्सा इतने कंज्यूम होंगे कुछ हिस्सा हो सकता जेडे मैट्रो सिटीज़ ने उन्होंने भी ज्यादा हो गए, पर अजे तक इदा का लिंक जोड़ा है थ्रू इंटेरोगेशन ही सामने आएगा, तफतीश करते हैं लेट अस चैक उदे जो भी आते हैं। गड्डी इन्हों के नाते है जी? गड्डी की वेरीफाई कर रहे हैं जी, गड्डी का नंबर साढ़े को आ गया, असं उन्होंने चैक करके तुम क्लीयर कर देंगे। जी गड्डी हैगी है PB18 है, वो बटाले का नंबर है, बेसिकली सैकेंड हैंड खरीदी हो सकती है, मतलब सैकेंड हैंड विकी हो सकती है, वो चैक कर लें जी। जिन की क्या जी कार तो इलावा हैरोइन ते नहीं, कार 16 पैकेट जिहड़ा टोटल वजन 12 किलो हैरोइन ते दो व्यक्ति है जी। सर ये जिहड़ी हैरोइन दी गल कर रहे है किस जगह तो लैंदे गए सी, तालबंदी तो मिली है जां खेत तो मिली, कित्थों इन्हां ने कित्थों पिक कीती? नहीं वो पड़ताल दा विषय जी, सानू पड़ताल करन दिओ, असीं तां बंदे फड़े ने हैरोइन दे नाल, वो पड़ताल करांगे कि ड्रोन दे रस्ते आई है, इन्हां तुहानू दस्सदा हुण चैक करांगे किहदे खेत चों आई है जां किहड़े सोर्स इन्हां दा इत्थे हैगा जिहदे कोल लैके आए ने, क्योंकि ये आप भी तरन तारण तो आए हैं, झबाल थाना इत्थों भी काफ़ी दूर पैंदा। असल च ना ड्रोन की जिहड़ी टेक्नोलॉजी है डे बाय डे वधी जा रही है, ड्रोन पहला तो यह भी ड्रोन की जिहड़ी साउंड बहुत ज्यादा होंदी सी हमिंग साउंड, हुण ड्रोन की हमिंग साउंड सोफिस्टिकेटेड पक्षियां वगैरह के करके ना जी ड्रोन की हमिंग साउंड उहदा लैवल भी घट गया, तो ड्रोन की जी पावर वह भी वध गई है, उहदी हाइट ज़्यादा हो जाती है, इस करके नीचे सुनाई भी नहीं दिंदी। जिथों तक ड्रोन के इंडीकेटर का सवाल हुंदा सीगा भी दूरों चमक जाते सीगे, उहदे उत्ते भी मोटी ब्लैक टेप ला दी जाती है डबल टेप है ताकि इंडीकेटर नज़र ही ना आए, इस करके थोड़ा जा उस विषय से BSF नूं भी इन्हां तंगियां का सामना करना पै रहा, क्योंकि जेकर ड्रोन की मूवमेंट नज़र आती है तो उन्होंने वालों इमीजिएटली फायरिंग होने बाद जी मूवमेंट है बंद हो जाती है, या तो ड्रोन वापस चला जाता या इधर डिग पैंदा या कुछ इदा कार्रवाई BSF वालों अमल में ली जाती है। लगता कि कुछ इस दौरान इन्हों के को वे समगलर के जो कॉन्टैक्ट या संपर्क वो निकल के सामने आ सकते, ये पॉसिबिलिटी रूल आउट नहीं की जा सकती, क्योंकि 12 किलो भी कोई थोड़ी अमाउंट फिगर नहीं हैगी जेकर देखा जाए हैरोइन के मामले के, जेकर 12 किलो वाले ये ने तो इन्होंने गांह देनी सी या खुद ने या हुण तक जिवें गुरविंदर बिंदर हैगा ये तो 2014 के 16 किलो हैरोइन का परचा हो चुका है, जे 16 किलो हैरोइन उदों डील करता सी 12 किलो हुण लैणा इहदा मतलब ये खुद भी वड्डे समगलर नाल इनवॉल्व है, वो चैक करते हैं जी तफतीश के दौरान जो सामने आया वो खुलासे किए जाएंगे। मार्केट वैल्यू की है जी? मार्केट वैल्यू तो गिरदानी गई है जी, साडे वालों तो कोई नहीं है क्योंकि अभी कभी वेचन नहीं गए।
सरहदों पार लगातार पाकिस्तान वालों पंजाब दी जवानी नू खत्म करन लई चिट्टा हैरोइन की सप्लाई की जा रही है। तो लगातार फिरोजपुर की गल करते हैं तो सरहदों पार हैरोइन फिरोजपुर के दाखिल हो रही है, जिस नू फड़न दे विच वड्डी कामयाबी काउंटर इंटैलीजेंसी ने हासिल की है। दो व्यक्तियों नू गिरफ़्तार किया गया जिहड़ी हैरोइन ड्रोन के जरिए भारत पहुँची फिरोजपुर पहुँची आ। दोनों व्यक्ति जिला तरन तारण संबंधी दसे जा रहे हैं, नाम कुलवंत सिंह अते बिंदर सिंह दसिया जा रहा, जिस दे संबंध दे विच काउंटर इंटैलीजेंसी दे AIG लखवीर सिंह ने प्रेस कॉन्फ्रेंस दौरान एक गल दा दावा किया कि जिहड़ियां कोशिशां हैगियां पाकिस्तान दियां लगातार वो जारी ने, पर काउंटर इंटैलीजेंसी वालों उन्हां कोशिशां नूं नाकामयाब किया जा रहा, जिस दे संबंध दे विच किले वाला चौंक दे विच नाके दौरान जद पुछगिछ की गई तां इन्हां दो व्यक्तियों तो पाकिस्तान तो लियांदी गई ड्रोन के जरिए 16 पैकेटां दे विच 12 किलो हैरोइन वो गिरफ़्तार कर ली गई है। दोनों व्यक्तियों को गिरफ़्तार कर लिया गया। होर कि जानकारी इन दे हथ लगी है पुलिस के संबंध के AIG काउंटर इंटैलीजेंसी लखवीर सिंह ने प्रेस कॉन्फ्रेंस में की दस्या है, तुसी भी सुन लियो। यह हैरोइन जी है 12 किलो से काबू की है, जिसके नाल दो बंदे स्विफ्ट कार काबू की है, जिद गुरविंदर सिंह बिंदर ते कुलवंत सिंह कंता नाम के दो व्यक्ति जिहड़े झबाल थाना PS झबाल जिला तरन तारण तो बिलोंग करते हैं, वो बंद 12 किलो हैरोइन के नाल काबू किया है। जिहड़ा गुरविंदर इहदे ते दो परचे हैगे आ, पहला भी एक 16 किलो हैरोइन का परचा 2014 का हैगा, तो एक 2017 के NTPS का परचा हैगा, तो 2018 के जिहड़ा कुलवंत सिंह कंता उहदे ते एक FIR दर्ज हैगी आ, FIR नंबर 94। बारे साढ़े को इंटैलीजेंस इनपुट सी जिसके आधार से सूँ पता भी इन्होंने कोई हैरोइन की खेप लैके लंघना है, जिस आधार से साढ़े वालों कार्रवाई करद हो अलग अलग जिहड़ियां कंसर्न रोड से उन्होंने कवर किया, उस दौरान सानू किले वाले चौंक के इन्हों काबू करने सानू सफलता मिली। तो फरदर इन्हों तो दे बैकवर्ड के फॉरवर्ड लिंक तलाश किए जा रहे हैं भी इन्होंने बेसिकली लैके कितों आए हैं तो गांह कितने सप्लाई करनी सर। ड्रोन के जरिए आई है जी इन्वेस्टिगेशन पता लगा होगा जी मुढ़ली तफतीश है दौरान यही सामने आया कि यह जी हैरोइन है सारी ड्रोन के रस्ते आई है, पर यह कितने ड्रोन ऑपरेट होया तो कि ड्रोन साइटिंग है उन्होंने भी अभी चेक कर रहे हैं। पाकिस्तान तो आई होगी? हाँ जी नैचुरली उत्थे ही है जी, एक ही सोर्स है साढ़े को। सर ये वैसे मार्केट वैल्यू की हैगी है, और सर एक बेसिकली कितने लेके जानी सी कुछ इन्होंने ਉਹ ਤਫਤੀਸ਼ ਦਾ ਹਿੱਸਾ ਜੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ, ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ ਰਿਵੀਲ ਹੋਏਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਈਧਰ ਇਹ ਇੱਥੇ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ, ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕੇਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਤੇ ਦੋ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ, ਇਹ ਵੀ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ, ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕ ਕੀਤੀ? ਨਹੀਂ ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਆ, ਝਵਾਲ 18 ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਉਠਾਈ ਹੈ? ਕੋਈ ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਏ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ, ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ, ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ
ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ ਇਹਦੇ ਵਿੱਚ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ ਤੋਂ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ ਉਹ ਚੈੱਕ ਕਰਦੇ ਹਾਂ ਜੀ ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ ਫਿਰੋਜ਼ਪੁਰ ਪਹੁੰਚੀ ਆ ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ ਆ ਤੁਸੀਂ ਵੀ ਸੁਣ ਲਿਓ ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ ਉਹ ਬੰਦਿਆਂ ਨੂੰ ਇਹ 12 ਕਿਲੋ ਹੈਰਨ ਦੇ ਨਾਲ ਕਾਬੂ ਕੀਤਾ ਹੈ ਪਹਿਲਾਂ ਵੀ ਪਰਚੇ ਹੈਗੇ ਜੀ ਜਿਹੜਾ ਗੁਰਵਿੰਦਰ ਆ ਇਹਦੇ 'ਤੇ ਦੋ ਪਰਚੇ ਹੈਗੇ ਆ ਪਹਿਲਾਂ ਵੀ 16 ਕਿਲੋ ਹੈਰਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NTPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਆ FIR ਨੰਬਰ 94 ਕਾਰਵਾਈ ਕਰਦਿਆਂ ਹੋਇਆ ਅਲੱਗ ਅਲੱਗ ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਪਾਕਿਸਤਾਨ ਤੋਂ ਆਈ ਹੋਈ ਹਾਂਜੀ ਨੈਚੁਰਲੀ ਉੱਥੇ ਹੀ ਹੈ ਜੀ ਇੱਕੋ ਹੀ ਸੋਰਸ ਹੈ ਸਾਡੇ ਕੋਲ ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ ਕੁਛ ਇਹਨਾਂ ਨੇ ਉਹ ਤਫਤੀਸ਼ ਦਾ ਹਿੱਸਾ ਜੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ ਰਿਵੀਲ ਹੋਏਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ ਅਦਰ ਇਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ ਤਫਤੀਸ਼ ਕਰਦੇ ਹਾਂ ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ ਜਿਹੜੀ ਗੱਡੀ ਹੈਗੀ ਹੈ PB18 ਹੈ ਉਹ ਬਟਾਲੇ ਦਾ ਨੰਬਰ ਹੈ ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ ਉਹ ਚੈੱਕ ਕਰ ਲੈਂਦੇ ਜੀ ਜਿਹਨਾਂ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ ਕੀ ਕਿਹਾ ਜੀ ਕਾਰ ਤੋਂ ਇਲਾਵਾ ਨਹੀਂ ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ ਦੋ ਵਿਅਕਤੀ ਹੈ ਜੀ
ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ ਕਿੱਥੋਂ ਇਹਨਾਂ ਨੇ ਕਿੱਥੋਂ ਪਿੱਕੀ ਨਹੀਂ ਉਹ ਪੜਤਾਲ ਦਾ ਵਿਸ਼ਾ ਜੀ ਸਾਨੂੰ ਪੜਤਾਲ ਕਰਨ ਦਿਓ ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ ਇਹਨਾਂ ਤੁਹਾਨੂੰ ਦੱਸਤਾ ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਹੈ ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ ਇਹਨੇ ਹੀਰੋਇਨ ਮਿਲੀ ਕਿਵੇਂ ਸਰ ਕਿਸੇ ਪਿੰਡ ਤੋਂ ਲੈ ਕੇ ਆਏ ਕਿਸੇ ਖੇਤ ਤੋਂ ਉਠਾਈ ਹੈ ਕੋਈ ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ ਚੈੱਕ ਕਰ ਲਈਏ ਤੁਹਾਨੂੰ ਦੱਸ ਦਿਆਂਗੇ ਸਾਰੀ ਅਸਲ ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ ਹਮਿੰਗ ਸਾਊਂਡ ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ ਤੋਂ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ ਉਹ ਚੈੱਕ ਕਰਦੇ ਹਾਂ ਜੀ ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ ਫਿਰੋਜ਼ਪੁਰ ਪਹੁੰਚੀ ਆ ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ ਆ ਤੁਸੀਂ ਵੀ ਸੁਣ ਲਿਓ ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ ਉਹ ਬੰਦਿਆਂ ਨੂੰ ਇਹ 12 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ ਪਹਿਲਾਂ ਵੀ ਪਰਚੇ ਹੈਗੇ ਜੀ ਜਿਹੜਾ ਗੁਰਵਿੰਦਰ ਆ ਇਹਦੇ 'ਤੇ ਦੋ ਪਰਚੇ ਹੈਗੇ ਆ ਪਹਿਲਾਂ ਵੀ 16 ਕਿਲੋ ਹੈਰੋਇਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NDPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਹੈ FIR ਨੰਬਰ 94 ਇਹਨਾਂ ਦੇ ਬਾਰੇ ਸਾਡੇ ਕੋਲ ਇੱਕ ਇੰਟੈਲੀਜੈਂਸ ਇਨਪੁੱਟ ਸੀਗੀ ਜਿਹਦੇ ਆਧਾਰ 'ਤੇ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਕੋਈ ਹੈਰੋਇਨ ਦੀ ਖੇਪ ਲੈ ਕੇ ਲੰਘਣਾ ਜਿਸ ਆਧਾਰ 'ਤੇ ਸਾਡੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰੋਇਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਪਾਕਿਸਤਾਨ ਤੋਂ ਆਈ ਹੋਈ ਹਾਂਜੀ ਨੈਚੁਰਲੀ ਉੱਥੇ ਹੀ ਹੈ ਜੀ ਇੱਕੋ ਹੀ ਸੋਰਸ ਹੈ ਸਾਡੇ ਕੋਲ
सर इहदी वैसे मार्केट वैल्यू की हैगी है और सर एक बेसिकली किथे लेके जानी सी कुछ इन्होंने दस्सो ओ तफ्तीश दा हिस्सा जी असीं इहनूं वेरीफाई कर रहे हैं भी यह किथे लेके जानी सी क्योंकि फॉरवर्ड लिंक ताही देखांगे ना जेकर इन्हां नूं दोवां नूं पुछांगे भी यह जानी किथे सीगी ते उन्हां दे जिहड़े टैक्निकली या फिजिकली या ह्यूमन इंट दे थ्रू जिन्नी भी सानूं इहदी इनफॉर्मेशन अगे निकलेगी रिवील होएगी वो तो शेयर कर लीजिए। देश के अलग अलग हिस्सों भी सर ये सर्कुलेट की जाती हैगी है जो इन्नी वड्डी खीर पाती है डिपेंड करता है ये दो चीज़ा ने अदर ईधर ये कुछ हिस्सा इतने कंज्यूम होंगे कुछ हिस्सा हो सकता जेडे मैट्रो सिटीज़ ने उन्होंने भी जाता हो गए पर अजे तक इदा का लिंक जोड़ा है थ्रू इंटरोगेशन ही सामने आएगा तफ्तीश करते हैं लैट अस चैक जो भी आप गड्डी की वेरीफाई कर रहे हैं जी गड्डी का नंबर साढ़े को आ गया असं उन्होंने चैक करके तुम्हें क्लीयर कर देंगे जी गड्डी हैगी है PB18 है वो बटाले का नंबर है बेसिकली सैकेंड हैंड खरीदी हो सकती है मतलब सैकेंड हैंड विकी हो सकती है वो चेक कर लें जी जिन की क्या जी कार तो इलावा नहीं कार 16 पैकेट जिहड़ा टोटल वजन 12 किलो हैरोइन ते 2 मतलब व्यक्ति है जी सर ये जिहड़ी हैरोइन दी गल कर रहे है ये किस जगह तो ले आंदे गए सी तालबंदी तो मिली है या खेत तो मिली किथों इन्हां ने किथों पिक कीती नहीं वो पड़ताल दा विषय जी सानू पड़ताल करन दिओ असीं तां बंदे फड़े ने हैरोइन दे नाल वो पड़ताल करांगे कि ड्रोन दे रस्ते आई है इन्हां तुहानू दस्सदा हुण चेक करांगे किहदे खेत चों आई है जां किहड़े सोर्स इन्हां दा इत्थे हैगा जिहदे कोल लैके आए ने क्योंकि ये आप भी तरनतारन तों आए है झवाल थारा इत्थों भी काफी दूर पैंदा असल च ना ड्रोन की जिहड़ी टेक्नोलॉजी है इहदे च सफिस्टिकेशन डे बाय डे वधी जा रही है ड्रोन पहला तो यह सीगा भी ड्रोन की जिहड़ी साउंड बहुत ज्यादा हुंदी सीगी हमिंग साउंड हुण ड्रोन की हमिंग साउंड सफिस्टिकेटेड पक्षियां वगैरह के करके ना जी ड्रोन की हमिंग साउंड उसका लैवल भी घट गया तो ड्रोन की जी पावर वह भी बढ़ गई है उसकी हाइट ज़्यादा हो जाती है इस करके नीचे सुनाई भी नहीं दी जितों तक ड्रोन के इंडीकेटर का सवाल हों भी दूरों चमक जाते हैं उसके उत्ते भी मोटी ब्लैक टेप ला दी जाती है डबल टेप ताकि इंडीकेटर नज़र ही ना आए इस करके थोड़ा जा उस विषय से BSF में भी इन्होंने तंगियों का सामना करना पै रहा क्योंकि जेकर ड्रोन की मूवमेंट नज़र आती है तो उन्होंने वालों इमीजिएटली फायरिंग होने बाद जी मूवमेंट है बंद हो जाती है या तो ड्रोन वापस चला जाता या इधर डिग पैंदा या कुछ इदा कार्रवाई BSF वालों अमल में ली जाती है लगता कि कुछ इस दौरान इन्होंने को वे समगलर के जो कॉन्टैक्ट या संपर्क वो निकल के सामने आ सकते ये पॉसिबिलिटी रूल आउट नहीं की जा सकती क्योंकि 12 किलो भी कोई थोड़ी अमाउंट फिगर नहीं हैगी जेकर देखा जाए हैरोइन के मामले के जेकर 12 किलो वाले ये है तो इन्होंने गांह देनी सी या खुद ने या हुण तक जिवें गुरविंदर बिंदर हैगा ये तो 2014 के 16 किलो हैरोइन का परचा हो चुका है जे 16 किलो हैरोइन उदों डील करता सी 12 किलो हुण लैणा इहदा मतलब ये खुद भी वड्डे समगलर नाल इनवॉल्व है वो चेक करते हैं जी तफ्तीश के दौरान जो सामने आया वो खुलासे किए जाएंगे मार्केट वैल्यू तो तुहाडे वल्लों गदानी गई है जी साडे वल्लों तो कोई नहीं है क्योंकि अभी कभी वेच नहीं गए सरहदों पार लगातार पाकिस्तान वालों पंजाब की जवानी नूं खत्म करन लई चिट्टा हैरोइन की सप्लाई की जा रही है ते लगातार फिरोजपुर की गल करदे आं ते सरहदों पार हैरोइन फिरोजपुर दे विच दाखल हो रही है जिस नूं फड़न दे विच वड्डी कामयाबी काउंटर इंटैलीजेंसी ने हासिल की है दो व्यक्तियों नूं गिरफ़्तार किया गया जिहड़ी हैरोइन ड्रोन के जरिए भारत पहुँची फिरोजपुर पहुँची आ दोनों व्यक्ति जिला तरन तारण संबंधी दसे जा रहे हैं नाम कुलवंत सिंह बिंदर सिंह दसिया जा रहा जिस दे संबंध दे विच काउंटर इंटैलीजेंसी दे AIG लखवीर सिंह ने प्रेस कॉन्फ्रेंस दौरान एक गल का दावा किया कि जिहड़ियां कोशिशां हैगियां पाकिस्तान दियां लगातार वो जारी ने पर काउंटर इंटैलीजेंसी वालों उन्हां कोशिशां नूं नाकामयाब किया जा रहा जिस दे संबंध दे विच किले वाला चौंक दे विच नाके दौरान जब पुछगिछ की गई तो इन्हां दो व्यक्तियों तो पाकिस्तान तो ल्यांदी गई ड्रोन के जरिए 16 पैकेटों के 12 किलो हैरोइन वो गिरफ़्तार कर ली गई है दोनों व्यक्तियों नूं गिरफ़्तार कर लिया गया होर कि जानकारी इन्हां दे हत्थ लगी है पुलिस के संबंध के AIG काउंटर इंटैलीजेंसी लखवीर सिंह ने प्रेस कॉन्फ्रेंस में की दस्या है आ तुसीं भी सुन लिओ यह हैरोइन जिहड़ी हैगी 12 किलो से काबू की है जिहदे नाल दो बंदे स्विफ्ट कार काबू की है जिहदे च गुरविंदर सिंह बिंदर ते कुलवंत सिंह कंता नां दे दो व्यक्ति जिहड़े झबाल थाणा PS झबाल जिला तरन तारण तो बिलोंग करते हैं वो बंदयां नूं इन 12 किलो हैरोइन दे नाल काबू किया है जिहड़ा गुरविंदर इहदे ते दो परचे हैगे आ पहलां वी 16 किलो हैरोइन का परचा 2014 का हैगा ते इक 2017 दे विच NTPS का परचा हैगा ते 2018 दे विच जिहड़ा कुलवंत सिंह कंता उहदे ते इक FIR दर्ज हैगी है FIR नंबर 94
बारे साडे कोल इक इंटेलीजेंस इनपुट सीगी जिहदे आधार ते सानूं पता सीगा वी इहनां ने कोई हैरोइन दी खेप लै के लंघना है, जिस आधार ते साडे वल्लों कारवाई करदिआं होइआं अलग अलग ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ। ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ? ਜਿਹੜੀ ਮੁੱਢਲੀ ਤਫਤੀਸ਼ ਹੈ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ, ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਪਾਕਿਸਤਾਨ ਤੋਂ ਆਈ ਹੋਈ? ਹਾਂਜੀ, ਨੈਚੁਰਲੀ ਉੱਥੇ ਹੀ ਹੈ ਜੀ, ਇੱਕੋ ਹੀ ਸੋਰਸ ਹੈ ਸਾਡੇ ਕੋਲ। ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ ਕੁਛ ਇਹਨਾਂ ਨੇ ਦੱਸਿਆ? ਉਹ ਤਫਤੀਸ਼ ਦਾ ਹਿੱਸਾ ਜੀ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ ਰਿਵੀਲ ਹੋਏਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਇਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ 2 ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਹੈ, ਕਿਸ ਜਗ੍ਹਾ ਤੋਂ ਲੈ ਜਾਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕ ਕੀਤੀ? ਨਹੀਂ, ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ, ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਖਾਈ ਹੈ ਕੋਈ? ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ, ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ, ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ? ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ। ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ, ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ, ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ। ਉਹ ਚੈੱਕ ਕਰਦੇ ਹਾਂ ਜੀ, ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ। ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ, ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ। ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ, ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ, ਫਿਰੋਜ਼ਪੁਰ ਪਹੁੰਚੀ ਆ। ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ, ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ, ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ
पाकिस्तान तो लियांदी गई ड्रोन के जरिए 16 पैकेटां दे विच 12 किलो हैरोइन वह गिरफ़्तार कर ली गई है। दोनों व्यक्तियों नूं गिरफ़्तार कर लिया गया। होर कि जानकारी इन्हां दे हथ लगी है पुलिस के संबंध दे विच AIG काउंटर इंटैलीजेंसी लखबीर सिंह ने प्रेस कॉन्फ्रेंस में की दस्या है, आ तुसी भी सुन लियो। यह हैरोइन जी है 12 किलो से काबू की है, जिसके नाल दो बंदे स्विफ्ट कार काबू की है, जिसे गुरविंदर सिंह बिंदर ते कुलवंत सिंह कंता नाम के दो व्यक्ति जिहड़े झबाल थाना PS झबाल जिला तरन तारण तो बिलोंग करते हैं, वह बंद 12 किलो हैरोइन के नाल काबू किया है। जिहड़ा गुरविंदर इहदे ते दो परचे हैगे आ, पहला भी 16 किलो हैरोइन का परचा 2014 का हैगा, ते एक 2017 दे विच NDPS का परचा हैगा, ते 2018 दे विच जिहड़ा कुलवंत सिंह कंता उहदे ते एक FIR दर्ज हैगी आ, FIR नंबर 94। मिली तो फरदर इन्हों तो दे बैकवर्ड के फॉरवर्ड लिंक तलाश किए जा रहे हैं भी इन्होंने बेसिकली लैके कितों आए हैं तो गांह कितने सप्लाई करनी सी। सर ड्रोन के जरिए आई है जी इन्वेस्टिगेशन पता लगा होगा जी मुढ़ली तफतीश है दौरान यही सामने आया कि यह जी हैरोइन है ये सारी ड्रोन के रस्ते आई है, पर यह कितने ड्रोन ऑपरेट होया तो कि ड्रोन साइटिंग है उन्होंने भी असं चेक कर रहे हैं। पाकिस्तान तो आई होगी? हाँ जी नैचुरली उत्थे ही है जी, एक ही सोर्स है साढ़े को। सर इहदी वैसे मार्केट वैल्यू की हैगी है, और सर एक बेसिकली किथे लेके जानी सी कुछ इन्होंने दस्सो? वो तफतीश का हिस्सा जी, असीं इहनूं वेरीफाई कर रहे हैं भी यह किथे लेके जानी सी, क्योंकि फॉरवर्ड लिंक ताही देखांगे ना जेकर इन्होंने दोवां नूं पुछांगे भी यह जानी किथे सीगी, ते उन्हां दे जिहड़े टैक्निकली या फिजिकली या ह्यूमन इंट दे थ्रू जिन्नी भी सानूं इहदी इनफॉर्मेशन अगे निकलेगी रिवील होएगी वो तुहाडे नाल शेयर कर लई। सर देश दे अलग-अलग हिस्सों च भी सर ये सर्कुलेट कीती जांदी हैगी है जो इन्नी वड्डी खेप आंदी है? डिपेंड करता है इहदे च दो चीज़ां ने, अदर ईदर ये कुछ हिस्सा इत्थे कंज्यूम हुंदा, कुछ हिस्सा हो सकता जिहड़े मैट्रो सिटीज़ ने उन्हां च भी जांदा होवे, पर अजे तक इदां दा लिंक जिहड़ा हैगा थ्रू इंटरोगेशन ही सामने आएगा, तफतीश करदे हां, लेट अस चेक उहदे जो भी आवे। गड्डी इहनां दे नां ते है जी? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜਿਹਨਾਂ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ ਦੋ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਹੈ, ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕੀ? ਨਹੀਂ ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ, ਝਵਾਲ ਥਾਰਾ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਖਾਈ ਹੈ ਕੋਈ? ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। असल च ना ड्रोन की जिहड़ी टेक्नोलॉजी है इहदे च सफिस्टिकेशन डे बाय डे वधदी जा रही है। ड्रोन पहला तो यह सीगा भी ड्रोन की जिहड़ी साउंड बहुत ज़्यादा हुंदी सीगी, हमिंग साउंड, हुण ड्रोन की हमिंग साउंड सफिस्टिकेटेड पक्षियां वगैरह के करके ना जिहड़ी ड्रोन की हमिंग साउंड उहदा लैवल भी घट गया, तो ड्रोन की जिहड़ी पावर आ उह भी वध गई है, उहदी हाइट ज़्यादा हो जाती है, इस करके नीचे सुनाई भी नहीं दिंदी। जिथों तक ड्रोन के इंडीकेटरां का सवाल हुंदा सीगा भी दूरों चमक जाते सीगे, उहदे उत्ते भी मोटी ब्लैक टेप ला दित्ती जांदी है, डबल टेप है, ताकि इंडीकेटर नज़र ही ना आवे। इस करके थोड़ा जिहा उस विषय ते BSF नूं भी इन्हां तंगियां दा सामना करना पै रिहा, क्योंकि जेकर ड्रोन की मूवमेंट नज़र आती है तो उन्होंने वालों इमीजिएटली फायरिंग होने बाद जी मूवमेंट है बंद हो जाती है, या तो ड्रोन वापस चला जाता जा इधर डिग पैंदा जा कुछ इदा कार्रवाई BSF वालों अमल में लैंदी जाती है। लगता कि कुछ इस दौरान इन्होंने को समगलर के जो कॉन्टैक्ट या संपर्क वो निकल के सामने आ सकते? ये पॉसिबिलिटी रूल आउट नहीं की जा सकती, क्योंकि 12 किलो भी कोई थोड़ी अमाउंट फिगर नहीं हैगी जेकर देखा जाए हैरोइन के मामले के, जेकर 12 किलो वाले ये है तो इन्होंने गांह देनी सी या खुद ने या हुण तक जिवें गुरविंदर बिंदर हैगा ये तो 2014 के 16 किलो हैरोइन का परचा हो चुका है, जे 16 किलो हैरोइन उदों डील करता सी 12 किलो हुण लैणा, इहदा मतलब ये खुद भी वड्डे समगलर नाल इनवॉल्व है। वो चेक करते हैं जी तफतीश के दौरान जो सामने आया वो खुलासे किए जाएंगे। मार्केट वैल्यू की है जी? मार्केट वैल्यू तो गिरदानी गई है जी, साढ़े वालों तो कोई नहीं है, क्योंकि अभी कभी वेचन नहीं गए।
ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ, ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ, ਫਿਰੋਜ਼ਪੁਰ ਪਹੁੰਚੀ ਆ। ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ, ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ, ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ। ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ, ਆਹ ਤੁਸੀਂ ਵੀ ਸੁਣ ਲਿਓ। ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ, ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ, ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ, ਉਹ ਬੰਦਿਆਂ ਨੂੰ 12 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ। ਪਹਿਲਾਂ ਵੀ ਪਰਚੇ ਹੈਗੇ ਜੀ ਜਿਹੜਾ ਗੁਰਵਿੰਦਰ ਆ, ਇਹਦੇ 'ਤੇ ਦੋ ਪਰਚੇ ਹੈਗੇ ਆ। ਪਹਿਲਾਂ ਵੀ 16 ਕਿਲੋ ਹੈਰੋਇਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NDPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਆ, FIR ਨੰਬਰ 94। ਇਹਨਾਂ ਦੇ ਬਾਰੇ ਸਾਡੇ ਕੋਲ ਇੱਕ ਇੰਟੈਲੀਜੈਂਸ ਇਨਪੁੱਟ ਸੀਗੀ, ਜਿਹਦੇ ਆਧਾਰ 'ਤੇ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਕੋਈ ਹੈਰੋਇਨ ਦੀ ਖੇਪ ਲੈ ਕੇ ਲੰਘਣਾ ਹੈ। ਜਿਸ ਆਧਾਰ 'ਤੇ ਸਾਡੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ। ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ? ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰੋਇਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ, ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਪਾਕਿਸਤਾਨ ਤੋਂ ਆਈ ਹੋਈ? ਹਾਂਜੀ, ਨੈਚੁਰਲੀ ਉੱਥੇ ਹੀ ਹੈ ਜੀ, ਇੱਕੋ ਹੀ ਸੋਰਸ ਹੈ ਸਾਡੇ ਕੋਲ। ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ ਕੁਛ ਇਹਨਾਂ ਨੇ ਦੱਸਿਆ? ਉਹ ਤਫਤੀਸ਼ ਦਾ ਹਿੱਸਾ ਜੀ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ, ਰਿਵੀਲ ਹੋਏਗੀ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਇਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ ਦੋ ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਹੈ, ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕ ਕੀਤੀ? ਨਹੀਂ, ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ, ਝਬਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਉਠਾਈ ਹੈ? ਕੋਈ ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ, ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ, ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ।
इस करके थोड़ा जा उस विषय से बी एस एफ भी इन्हों तंगियों का सामना करना पै रहा क्योंकि जेकर ड्रोन की मूवमेंट नज़र आती है तो उन्होंने वालों इमीजिएटली फायरिंग होने बाद जी मूवमेंट है बंद हो जाती है या तो ड्रोन वापस चला जाता या इधर डिग पैंदा या कुछ इदा कार्रवाई बी एस एफ वालों अमल ली जाती है। लगता कि कुछ इस दौरान इन्होंने को वे समगलर के जो कॉन्टैक्ट या संपर्क वो निकल के सामने आ सकते ये पॉसिबिलिटी रूल आउट नहीं की जा सकती क्योंकि 12 किलो भी कोई थोड़ी अमाउंट फिगर नहीं हैगी जेकर देखा जाए हैरन के मामले के जेकर 12 किलो वाले ये है तो इन्होंने गांह देनी सी या खुद ने या हुण तक जिवें गुरविंदर बिंदर हैगा ये तो 2014 के 16 किलो हैरन का परचा हो चुका है जे 16 किलो हैरन उदों डील करता सी 12 किलो हुण लैणा इहदा मतलब ये खुद भी वड्डे समगलर नाल इनवॉल्व है। वो चेक करते हैं जी तफ्तीश के दौरान जो सामने आया वो खुलासे किए जाएंगे। मार्केट वैल्यू की है जी? मार्केट वैल्यू तो तुहाडे वल्लों गदानी गई है जी, साडे वल्लों तो कोई नहीं है क्योंकि असीं कदे वेच नहीं गए। सरहदों पार लगातार पाकिस्तान वालों पंजाब की जवानी नूं खत्म करन लई चिट्टा हैरोइन की सप्लाई की जा रही है ते लगातार फिरोजपुर की गल करदे आं ते सरहदों पार हैरोइन फिरोजपुर दे विच दाखल हो रही है जिस नूं फड़न दे विच वड्डी कामयाबी काउंटर इंटैलीजेंसी ने हासिल की है। दो व्यक्तियों नूं गिरफ़्तार किया गया जिहड़ी हैरोइन ड्रोन के जरिए भारत पहुँची फिरोजपुर पहुँची आ। दोनों व्यक्ति जिला तरन तारण संबंधी दसे जा रहे हैं, नाम कुलवंत सिंह अते बिंदर सिंह दसिया जा रहा जिस दे संबंध दे विच काउंटर इंटैलीजेंसी दे AIG लखवीर सिंह ने प्रेस कॉन्फ्रेंस दौरान एक गल दा दावा किया कि जिहड़ियां कोशिशां हैगियां पाकिस्तान दियां लगातार वो जारी ने पर काउंटर इंटैलीजेंसी वालों उन्हां कोशिशां नूं नाकामयाब किया जा रहा जिस दे संबंध दे विच किले वाला चौंक दे विच नाके दौरान जद पुछगिछ की गई तो इन्हां दो व्यक्तियों तो पाकिस्तान तो ल्यांदी गई ड्रोन के जरिए 16 पैकेटों के 12 किलो हैरन वो गिरफ़्तार कर ली गई है। दोनों व्यक्तियों को गिरफ़्तार कर लिया गया, होर कि जानकारी इन्हों के हथ लगी है पुलिस के संबंध के AIG काउंटर इंटैलीजेंसी लखबीर सिंह ने प्रेस कॉन्फ्रेंस में की दस्या है आ तुम भी सुन लियो। यह हैरन जी है 12 किलो से काबू की है जिसके नाल दो बंदे स्विफ्ट कार काबू की है जिद गुरविंदर सिंह बिंदर ते कुलवंत सिंह कंता नाँ के दो व्यक्ति जिहड़े झबाल थाना PS झबाल जिला तरन तारण तो बिलोंग करते हैं वो बंद 12 किलो हैरन के नाल काबू किया। जिहड़ा गुरविंदर ए दो परचे है पहला भी एक 16 किलो हैरन का परचा 2014 का है तो एक 2017 के NDPS का परचा है तो 2018 के कुलवंत सिंह कंता वह एक FIR दर्ज हैगी है FIR नंबर 94। बारे साडे कोल इक इंटैलीजेंस इनपुट सी जिहदे आधार ते सानूं पता सीगा वी इन्हां ने कोई हैरोइन दी खेप लैके लंघना है जिस आधार ते साडे वल्लों कार्रवाई करदे होइआं अलग अलग जिहड़ियां कंसर्नड रोड सी उन्हां नूं कवर कीता सीगा ते उस दौरान सानूं किले वाले चौंक दे विच इन्हां नूं काबू करन च सानूं सफलता मिली तो फरदर इन्हों तो दे बैकवर्ड के फॉरवर्ड लिंक तलाश किए जा रहे हैं भी इन्होंने बेसिकली लैके कितों आए हैं तो गांह कितने सप्लाई करनी सी। सर ड्रोन के जरिए आई है जी इन्वेस्टिगेशन पता लगा होगा जी मुढ़ली तफ्तीश है दौरान यही सामने आया कि यह जी हैरन है यह सारी ड्रोन के रस्ते आई है पर यह कितने ड्रोन ऑपरेट होया तो कि ड्रोन साइटिंग है उन्होंने भी असं चेक कर रहे हैं। पाकिस्तान तो आई होगी? हाँ जी नैचुरली उत्थे ही है जी एक ही सोर्स है साढ़े को। सर इहदी वैसे मार्केट वैल्यू की हैगी है और सर एक बेसिकली कित्थे लैके जानी सी कुछ इन्होंने वह तफ्तीश का हिस्सा जी असं इन वेरीफाई कर रहे हैं भी यह कितने लैके जानी सी क्योंकि फॉरवर्ड लिंक ताही देखांगे ना जेकर इन्होंने दोवां नूं पुछांगे भी यह जानी कितने सीगी ते उन्हां दे जिहड़े टैक्निकली या फिजिकली या ह्यूमन इंट दे थ्रू जिन्नी भी सानूं इहदी इनफॉर्मेशन अगे निकलेगी रिवील होएगी वो तुहाडे नाल शेयर कर लई जाएगी। देश के अलग अलग हिस्सों च भी सर ये सर्कुलेट की जाती हैगी है जो इन्नी वड्डी खेप आंदी है डिपेंड करता है दो चीज़ा ने अदर इधर कुछ हिस्सा इतने कंज्यूम होंगे कुछ हिस्सा हो सकता जेडे मैट्रो सिटीज ने उन्होंने भी जाता हो गए पर अजे तक इदा का लिंक जो है थ्रू इंटरोगेशन ही सामने आएगा तफ्तीश करते हैं लेट अस चेक जो भी आप गड्डी की वेरीफाई कर रहे हैं जी गड्डी का नंबर साढ़े को आ गया असं उन्होंने चेक करके तुम्हें क्लीयर कर देंगे जी गड्डी हैगी PB18 है वो बटाले का नंबर है बेसिकली सैकेंड हैंड खरीदी हो सकती है मतलब सैकेंड हैंड विकी हो सकती है वो चेक कर लें जी जिन की क्या जी कार तो इलावा नहीं कार 16 पैकेट जिसका टोटल वजन 12 किलो हैरन तो दो व्यक्ति है जी।
ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ ਕਿਸ ਜਗ੍ਹਾ ਤੋਂ ਲੈ ਜਾਂਦੇ ਸੀ ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ ਕਿੱਥੋਂ ਇਹਨਾਂ ਨੇ ਕਿੱਥੋਂ ਪਿੱਕੀ ਨਹੀਂ ਉਹ ਪੜਤਾਲ ਦਾ ਵਿਸ਼ਾ ਜੀ ਸਾਨੂੰ ਪੜਤਾਲ ਕਰਨ ਦਿਓ ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ ਇਹਨਾਂ ਤੁਹਾਨੂੰ ਦੱਸਤਾ ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ ਇਹਨੇ ਹੀਰੋਇਨ ਮਿਲੀ ਕਿਵੇਂ ਸਰ ਕਿਸੇ ਪਿੰਡ ਤੋਂ ਲੈ ਕੇ ਆਏ ਕਿਸੇ ਖੇਤ ਤੋਂ ਖਾਈ ਹੈ ਕੋਈ ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ ਚੈੱਕ ਕਰ ਲਈਏ ਤੁਹਾਨੂੰ ਦੱਸ ਦਿਆਂਗੇ ਸਾਰੀ ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ ਹਮਿੰਗ ਸਾਊਂਡ ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ ਉਹ ਚੈੱਕ ਕਰਦੇ ਹਾਂ ਜੀ ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ ਫਿਰੋਜ਼ਪੁਰ ਪਹੁੰਚੀ ਆ ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ ਆਹ ਤੁਸੀਂ ਵੀ ਸੁਣ ਲਿਓ ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ ਉਹ ਬੰਦਿਆਂ ਨੂੰ ਇਹ 12 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ ਪਹਿਲਾਂ ਵੀ ਪਰਚੇ ਹੈਗੇ ਜੀ ਜਿਹੜਾ ਗੁਰਵਿੰਦਰ ਆ ਇਹਦੇ 'ਤੇ ਦੋ ਪਰਚੇ ਹੈਗੇ ਆ ਪਹਿਲਾਂ ਵੀ 16 ਕਿਲੋ ਹੈਰੋਇਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NDPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਆ FIR ਨੰਬਰ 94 ਇਹਨਾਂ ਦੇ ਬਾਰੇ ਸਾਡੇ ਕੋਲ ਇੱਕ ਇੰਟੈਲੀਜੈਂਸ ਇਨਪੁੱਟ ਸੀਗੀ ਜਿਹਦੇ ਆਧਾਰ 'ਤੇ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਕੋਈ ਹੈਰੋਇਨ ਦੀ ਖੇਪ ਲੈ ਕੇ ਲੰਘਣਾ ਹੈ ਜਿਸ ਆਧਾਰ 'ਤੇ ਸਾਡੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ ਸਰ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰੋਇਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ ਪਾਕਿਸਤਾਨ ਤੋਂ ਆਈ ਹੋਈ ਹਾਂਜੀ ਨੈਚੁਰਲੀ ਉੱਥੇ ਹੀ ਹੈ ਜੀ ਇੱਕੋ ਹੀ ਸੋਰਸ ਹੈ ਸਾਡੇ ਕੋਲ
ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ ਕੁਛ ਇਹਨਾਂ ਨੇ ਉਹ ਤਫਤੀਸ਼ ਦਾ ਹਿੱਸਾ ਜੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ ਰਿਵੀਲ ਹੋਏਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੀਰ ਪਾਉਂਦੀ ਹੈ ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ ਅਦਰ ਈਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ ਤਫਤੀਸ਼ ਕਰਦੇ ਹਾਂ ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ ਜਿਹੜੀ ਗੱਡੀ ਹੈਗੀ ਹੈ PB18 ਹੈ ਉਹ ਬਟਾਲੇ ਦਾ ਨੰਬਰ ਹੈ ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ ਉਹ ਚੈੱਕ ਕਰ ਲੈਂਦੇ ਜੀ ਜਿਹਨਾਂ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ ਕੀ ਕਿਹਾ ਜੀ ਕਾਰ ਤੋਂ ਇਲਾਵਾ ਨਹੀਂ ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ 2 ਮਤਲਬ ਵਿਅਕਤੀ ਹੈ ਜੀ ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ ਕਿੱਥੋਂ ਇਹਨਾਂ ਨੇ ਕਿੱਥੋਂ ਪਿੱਕੀ ਨਹੀਂ ਉਹ ਪੜਤਾਲ ਦਾ ਵਿਸ਼ਾ ਜੀ ਸਾਨੂੰ ਪੜਤਾਲ ਕਰਨ ਦਿਓ ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ ਇਹਨਾਂ ਤੁਹਾਨੂੰ ਦੱਸਤਾ ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ ਇਹਨੇ ਹੀਰੋਇਨ ਮਿਲੀ ਕਿਵੇਂ ਸਰ ਕਿਸੇ ਪਿੰਡ ਤੋਂ ਲੈ ਕੇ ਆਏ ਕਿਸੇ ਖੇਤ ਤੋਂ ਖਾਈ ਹੈ ਕੋਈ ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ ਚੈੱਕ ਕਰ ਲਈਏ ਤੁਹਾਨੂੰ ਦੱਸ ਦਿਆਂਗੇ ਸਾਰੀ ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ ਹਮਿੰਗ ਸਾਊਂਡ ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ ਉਹ ਚੈੱਕ ਕਰਦੇ ਹਾਂ ਜੀ ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ ਫਿਰੋਜ਼ਪੁਰ ਪਹੁੰਚੀ ਆ ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ ਆ ਤੁਸੀਂ ਵੀ ਸੁਣ ਲਿਓ ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ ਉਹ ਬੰਦਿਆਂ ਨੂੰ ਇਹ 12 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ ਪਹਿਲਾਂ ਵੀ ਪਰਚੇ ਹੈਗੇ ਜੀ ਜਿਹੜਾ ਗੁਰਵਿੰਦਰ ਆ ਇਹਦੇ 'ਤੇ ਦੋ ਪਰਚੇ ਹੈਗੇ ਆ ਪਹਿਲਾਂ ਵੀ 16 ਕਿਲੋ ਹੈਰੋਇਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NDPS ਦਾ ਪਰਚਾ ਹੈਗਾ ਅਤੇ 2018
बारे साडे कोल इक इंटेलीजेंस इनपुट सीगी जिहदे आधार ते सानूं पता सीगा वी इन्हां ने कोई हैरोइन दी खेप लै के लंघना है, जिस आधार ते साडे वल्लों कारवाई करदिआं होइआं अलग अलग ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ। ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ? ਜਿਹੜੀ ਮੁੱਢਲੀ ਤਫਤੀਸ਼ ਹੈ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ, ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਪਾਕਿਸਤਾਨ ਤੋਂ ਆਈ ਹੋਈ? ਹਾਂਜੀ, ਨੈਚੁਰਲੀ ਉੱਥੇ ਹੀ ਹੈ ਜੀ, ਇੱਕੋ ਹੀ ਸੋਰਸ ਹੈ ਸਾਡੇ ਕੋਲ। ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ, ਕੁਛ ਇਹਨਾਂ ਨੇ ਦੱਸਿਆ? ਉਹ ਤਫਤੀਸ਼ ਦਾ ਹਿੱਸਾ ਜੀ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ, ਰਿਵੀਲ ਹੋਏਗੀ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਇਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਅਤੇ 2 ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੀਰੋਇਨ ਦੀ ਗੱਲ ਕਰ ਰਹੇ ਹੈ, ਕਿਸ ਜਗ੍ਹਾ ਤੋਂ ਲੈ ਜਾਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ, ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕ ਕੀਤੀ? ਨਹੀਂ, ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ, ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਖਾਈ ਹੈ ਕੋਈ? ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ, ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ, ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ? ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ। ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂ ਦੇਣੀ ਸੀ ਜਾਂ ਇਹ ਖੁਦ ਉਹਨੇ, ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ, ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ, ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ। ਉਹ ਚੈੱਕ ਕਰਦੇ ਹਾਂ ਜੀ, ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ। ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ, ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ। ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ, ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ, ਫਿਰੋਜ਼ਪੁਰ ਪਹੁੰਚੀ ਆ। ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ, ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ
पाकिस्तान दी लगातार वो जारी ने पर काउंटर इंटैलीजेंसी वालों उन्होंने कोशिशों को नाकामयाब किया जा रहा जिस दे संबंध दे विच किले वाला चौंक दे विच नाके दौरान जब पूछगिछ की गई तो इन्हों दो व्यक्तियों तो पाकिस्तान तो लिया गई ड्रोन के जरिए 16 पैकेटों के 12 किलो हैरोइन वो गिरफ़्तार कर ली गई है। दोनों व्यक्तियों को गिरफ़्तार कर लिया गया। होर कि जानकारी इन्हों के हथ लगी है पुलिस के संबंध के AIG काउंटर इंटैलीजेंसी लखबीर सिंह ने प्रेस कॉन्फ्रेंस में की दस्या है आसी भी सुन लियो। यह हैरोइन जी है 12 किलो से काबू की है जिसके नाल दो बंदे स्विफ्ट कार काबू की है जिद गुरविंदर सिंह बिंदर ते कुलवंत सिंह कंता नाम के दो व्यक्ति जिहड़े झबाल थाना PS झबाल जिला तरन तारण तो बिलोंग करते हैं वो बंद 12 किलो हैरोइन के नाल काबू किया है। जिहड़ा गुरविंदर इहदे ते दो परचे हैगे आ पहला भी 16 किलो हैरोइन का परचा 2014 का हैगा ते एक 2017 दे विच NDPS का परचा हैगा ते 2018 दे विच जिहड़ा कुलवंत सिंह कंता उहदे ते एक FIR दर्ज हैगी आ FIR नंबर 94। इंटेलीजेंस इनपुट सी जिहदे आधार ते सानूं पता सीगा वी इन्हां ने कोई हैरोइन की खेप लैके लंघना है जिस आधार ते साडे वल्लों कार्रवाई करदे होइआं अलग अलग जिहड़ियां कंसर्नड रोड सी उन्हां नूं कवर कीता सीगा ते उस दौरान सानूं किले वाले चौंक दे विच इन्हां नूं काबू करन च सानूं सफलता मिली ते फरदर इन्हां तों दे बैकवर्ड ते फॉरवर्ड लिंक तलाश किए जा रहे हैं भी इन्हां ने बेसिकली लैके कित्थों आए ने ते गांह कित्थे सप्लाई करनी सी। सर ड्रोन दे जरिए आई है जिहड़ी इन्वेस्टिगेशन च पता लगा होवे तां जिहड़ी मुढ़ली तफ्तीश है उहदे दौरान यही सामने आया कि इह जिहड़ी हैरोइन है यह सारी ड्रोन दे रस्ते आई है पर यह कित्थे ड्रोन ओपरेट होया ते किहड़ी ड्रोन साइटिंग है उहनूं भी असीं चैक कर रहे हैं। पाकिस्तान तों आई होगी? हाँ जी नैचुरली उत्थे ही है जी इक्को ही सोर्स है साडे कोल। सर इहदी वैसे मार्केट वैल्यू की हैगी है और सर एक बेसिकली किथे लेके जानी सी कुछ इन्होंने ਉਹ ਤਫਤੀਸ਼ ਦਾ ਹਿੱਸਾ ਜੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਥਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ ਰਿਵੀਲ ਹੋਏਗੀ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ ਅਦਰ ਇਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ ਉਹ ਬਟਾਲੇ ਦਾ ਨੰਬਰ ਹੈ ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ ਉਹ ਚੈੱਕ ਕਰ ਲੈਂਦੇ ਜੀ ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਵੇ। ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਤੇ ਦੋ ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਇਹ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ? ਇਹਨਾਂ ਨੇ ਕਿੱਥੋਂ ਪਿੱਕ ਕੀਤੀ? ਨਹੀਂ ਉਹ ਪੜਤਾਲ ਦਾ ਵਿਸ਼ਾ ਜੀ ਸਾਨੂੰ ਪੜਤਾਲ ਕਰਨ ਦਿਓ ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ ਇਹਨਾਂ ਤੁਹਾਨੂੰ ਦੱਸਤਾ ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਝਵਾਲ ਥਾਰਾ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ ਕਿਸੇ ਖੇਤ ਤੋਂ ਖਾਈ ਹੈ ਕੋਈ? ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ ਚੈੱਕ ਕਰ ਲਈਏ ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ ਹਮਿੰਗ ਸਾਊਂਡ, ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ ਡਬਲ ਟੇਪ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ? ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰੋਇਨ ਦੇ ਮਾਮਲੇ ਦੇ ਵਿੱਚ। ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ ਜਾਂ ਇਹ ਖੁਦ ਉਹਨੇ ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰੋਇਨ ਦਾ ਪਰਚਾ ਹੋ ਚੁੱਕਿਆ। ਜੇ 16 ਕਿਲੋ ਹੈਰੋਇਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ।
वो चेक करते हैं जी तफ्तीश के दौरान जो सामने आया वो खुलासे किए जाएंगे। मार्केट वैल्यू की है जी? मार्केट वैल्यू तो थोड़े वालों गदानी गई है जी, साढ़े वालों तो कोई नहीं है क्योंकि अभी कभी बेच नहीं गए। सरहदों पार लगातार पाकिस्तान वालों पंजाब की जवानी नूं खत्म करन लई चिट्टा हैरोइन की सप्लाई की जा रही है ते लगातार फिरोजपुर की गल करदे आं ते सरहदों पार हैरोइन फिरोजपुर दे विच दाखल हो रही है जिस नूं फड़न दे विच वड्डी कामयाबी काउंटर इंटैलीजेंसी ने हासिल की है। दो व्यक्तियों नूं गिरफ़्तार किया गया जिहड़ी हैरोइन ड्रोन के जरिए भारत पहुँची फिरोजपुर पहुँची आ। दोनों व्यक्ति जिला तरन तारण संबंधी दसे जा रहे हैं, नाम कुलवंत सिंह अते बिंदर सिंह दसिया जा रहा जिस दे संबंध दे विच काउंटर इंटैलीजेंसी दे AIG लखवीर सिंह ने प्रेस कॉन्फ्रेंस दौरान एक गल दा दावा किया कि जिहड़ियां कोशिशां हैगियां पाकिस्तान दियां लगातार वो जारी ने पर काउंटर इंटैलीजेंसी वालों उन्हां कोशिशां नूं नाकामयाब किया जा रहा जिस दे संबंध दे विच किले वाला चौंक दे विच नाके दौरान जद पुछगिछ की गई तां इन्हां दो व्यक्तियों तो पाकिस्तान तो ल्यांदी गई ड्रोन के जरिए 16 पैकेटों के 12 किलो हैरोइन वो गिरफ़्तार कर ली गई है। दोनों व्यक्तियों को गिरफ़्तार कर लिया गया। होर कि जानकारी इन्हों के हथ लगी है पुलिस के संबंध के AIG काउंटर इंटैलीजेंसी लखवीर सिंह ने प्रेस कॉन्फ्रेंस में की दस्या है आसी भी सुन लियो। यह हैरोइन जी है 12 किलो से काबू की है जिसे नाल दो बंदे स्विफ्ट कार काबू की है जिद गुरविंदर सिंह बिंदर ते कुलवंत सिंह कंता नाँ के दो व्यक्ति जिहड़े झबाल थाना PS झबाल जिला तरन तारण तो बिलोंग करते हैं वो बंद इन 12 किलो हैरोइन के नाल काबू किया है। जिहड़ा गुरविंदर इहदे ते दो परचे हैगे आ, पहला भी 16 किलो हैरोइन का परचा 2014 का हैगा ते एक 2017 दे विच NDPS का परचा हैगा ते 2018 दे विच जिहड़ा कुलवंत सिंह कंता उहदे ते एक FIR दर्ज हैगी आ, FIR नंबर 94। इंटेलीजेंस इनपुट सी जिहदे आधार ते सानूं पता सीगा वी इन्हां ने कोई हैरोइन की खेप लैके लंघना है जिस आधार ते साडे वल्लों कार्रवाई करदे होइआं अलग अलग जिहड़ियां कंसर्नड रोड सी उन्हां नूं कवर कीता सीगा ते उस दौरान सानूं किले वाले चौंक दे विच इन्हां नूं काबू करन च सानूं सफलता मिली ते फरदर इन्हां तों दे बैकवर्ड ते फॉरवर्ड लिंक तलाश किए जा रहे हैं भी इन्हां ने बेसिकली लैके कित्थों आए ने ते गांह कित्थे सप्लाई करनी सी। सर ड्रोन दे जरिए आई है जिहड़ी इन्वेस्टिगेशन च पता लगा होवे तां जिहड़ी मुढ़ली तफ्तीश है उहदे दौरान यही सामने आया कि इह जिहड़ी हैरोइन है यह सारी ड्रोन दे रस्ते आई है पर यह कित्थे ड्रोन ओपरेट होया ते किहड़ी ड्रोन साइटिंग है उहनूं भी असीं चैक कर रहे हैं। पाकिस्तान तों आई होगी? हाँ जी नैचुरली उत्थे ही है जी, इक्को ही सोर्स है साडे कोल। सर इहदी वैसे मार्केट वैल्यू की हैगी है और सर एक बेसिकली कित्थे लेके जानी सी कुछ इन्होंने दस्सो? वो तफ्तीश का हिस्सा जी असीं इहनूं वेरीफाई कर रहे हैं भी यह कित्थे लेके जानी सी क्योंकि फॉरवर्ड लिंक ताही देखांगे ना जेकर इन्हां नूं दोवां नूं पुछांगे भी यह जानी कित्थे सीगी ते उन्हां दे जिहड़े टैक्निकली या फिजिकली या ह्यूमन इंट दे थ्रू जिन्नी भी सानूं इहदी इनफॉर्मेशन अगे निकलेगी रिवील होएगी वो तुहाडे नाल शेयर कर लई। सर देश दे अलग-अलग हिस्सों च भी सर ये सर्कुलेट कीती जांदी हैगी है जो इन्नी वड्डी खेप आंदी है? इट डिपेंड करता है इहदे च दो चीज़ां ने, अदर ईदर यह इत कुछ हिस्सा इत्थे कंज्यूम हुंदा कुछ हिस्सा हो सकता जिहड़े मैट्रो सिटीज़ ने उन्हां च भी जांदा होवे पर अजे तक इदां दा लिंक जिहड़ा हैगा थ्रू इंटरोगेशन ही सामने आएगा। तफ्तीश करदे हां, लेट अस चैक उहदे जो भी आवे। गड्डी इहनां दे नां ते है जी? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜੇ ਕਾਰ ਤੋਂ ਇਲਾਵਾ ਕੁਝ ਹੋਰ ਵੀ ਬਰਾਮਦ ਹੋਇਆ? ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ ਹੈਰੋਇਨ ਤੇ ਦੋ ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਇਹ ਕਿਸ ਜਗ੍ਹਾ ਤੋਂ ਲੈਂਦੇ ਗਏ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ? ਇਹਨਾਂ ਨੇ ਕਿੱਥੋਂ ਕਿੱਥੇ? ਨਹੀਂ ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ, ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ, ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ, ਝਵਾਲ ਥਾਰਾ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਖਾਈ ਹੈ ਕੋਈ? ਕੁਛ ਇਸ ਤੋਂ ਤੁਸੀਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ,
ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ, ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ, ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ? ਇਹਦੇ ਵਿੱਚ ਪੋਸੀਬਿਲਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰਨ ਦੇ ਮਾਮਲੇ ਦੇ ਵਿੱਚ। ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ ਜਾਂ ਇਹ ਖੁਦ ਉਹਨੇ, ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰਨ ਦਾ ਪਰਚਾ ਹੋ ਚੁੱਕਿਆ, ਜੇ 16 ਕਿਲੋ ਹੈਰਨ ਨੂੰ ਉਦੋਂ ਡੀਲ ਕਰਦਾ ਸੀ 12 ਕਿਲੋ ਹੁਣ ਲੈਣਾ, ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ। ਉਹ ਚੈੱਕ ਕਰਦੇ ਹਾਂ ਜੀ, ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ। ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ, ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ। ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ, ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ, ਫਿਰੋਜ਼ਪੁਰ ਪਹੁੰਚੀ ਆ। ਦੋਨੋਂ ਵਿਅਕਤੀ ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧੀ ਦੱਸੇ ਜਾ ਰਹੇ ਆ, ਨਾਮ ਕੁਲਵੰਤ ਸਿੰਘ ਅਤੇ ਬਿੰਦਰ ਸਿੰਘ ਦੱਸਿਆ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਾਊਂਟਰ ਇੰਟੈਲੀਜੈਂਸੀ ਦੇ AIG ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਪਾਕਿਸਤਾਨ ਦੀਆਂ ਲਗਾਤਾਰ ਉਹ ਜਾਰੀ ਨੇ, ਪਰ ਕਾਊਂਟਰ ਇੰਟੈਲੀਜੈਂਸੀ ਵੱਲੋਂ ਉਹਨਾਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਕਿਲੇ ਵਾਲਾ ਚੌਂਕ ਦੇ ਵਿੱਚ ਨਾਕੇ ਦੌਰਾਨ ਜਦ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਵਿਅਕਤੀਆਂ ਤੋਂ ਪਾਕਿਸਤਾਨ ਤੋਂ ਲਿਆਂਦੀ ਗਈ ਡਰੋਨ ਦੇ ਜ਼ਰੀਏ 16 ਪੈਕਟਾਂ ਦੇ ਵਿੱਚ 12 ਕਿਲੋ ਹੈਰੋਇਨ ਉਹ ਗ੍ਰਿਫਤਾਰ ਕਰ ਲਈ ਗਈ ਹੈ। ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਕਿਹੜੀ ਕਿਹੜੀ ਜਾਣਕਾਰੀ ਇਹਨਾਂ ਦੇ ਹੱਥ ਲੱਗੀ ਆ ਪੁਲਿਸ ਦੇ ਸੰਬੰਧ ਦੇ ਵਿੱਚ AIG ਕਾਊਂਟਰ ਇੰਟੈਲੀਜੈਂਸੀ ਲਖਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ, ਆਹ ਤੁਸੀਂ ਵੀ ਸੁਣ ਲਿਓ। ਇਹ ਹੈਰੋਇਨ ਜਿਹੜੀ ਹੈਗੀ 12 ਕਿਲੋ ਅਸੀਂ ਕਾਬੂ ਕੀਤੀ ਹੈ, ਜਿਹਦੇ ਨਾਲ ਦੋ ਬੰਦੇ ਸਵਿਫਟ ਕਾਰ ਕਾਬੂ ਕੀਤੀ ਹੈ, ਜਿਹਦੇ 'ਚ ਗੁਰਵਿੰਦਰ ਸਿੰਘ ਬਿੰਦਰ ਅਤੇ ਕੁਲਵੰਤ ਸਿੰਘ ਕੰਤਾ ਨਾਂ ਦੇ ਦੋ ਵਿਅਕਤੀ ਜਿਹੜੇ ਝਬਾਲ ਥਾਣਾ PS ਝਬਾਲ ਜ਼ਿਲ੍ਹਾ ਤਰਨ ਤਾਰਨ ਤੋਂ ਬਿਲੋਂਗ ਕਰਦੇ ਨੇ, ਉਹ ਬੰਦਿਆਂ ਨੂੰ ਇਹ 12 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ। ਪਹਿਲਾਂ ਵੀ ਪਰਚੇ ਹੈਗੇ ਜੀ? ਜਿਹੜਾ ਗੁਰਵਿੰਦਰ ਆ ਇਹਦੇ 'ਤੇ ਦੋ ਪਰਚੇ ਹੈਗੇ ਆ, ਪਹਿਲਾਂ ਵੀ 16 ਕਿਲੋ ਹੈਰੋਇਨ ਦਾ ਪਰਚਾ 2014 ਦਾ ਹੈਗਾ ਅਤੇ ਇੱਕ 2017 ਦੇ ਵਿੱਚ NDPS ਦਾ ਪਰਚਾ ਹੈਗਾ ਅਤੇ 2018 ਦੇ ਵਿੱਚ ਜਿਹੜਾ ਕੁਲਵੰਤ ਸਿੰਘ ਕੰਤਾ ਉਹਦੇ 'ਤੇ ਇੱਕ FIR ਦਰਜ ਹੈਗੀ ਆ, FIR ਨੰਬਰ 94। ਇਹਨਾਂ ਦੇ ਬਾਰੇ ਸਾਡੇ ਕੋਲ ਇੱਕ ਇੰਟੈਲੀਜੈਂਸ ਇਨਪੁੱਟ ਸੀਗੀ ਜਿਹਦੇ ਆਧਾਰ 'ਤੇ ਸਾਨੂੰ ਪਤਾ ਸੀਗਾ ਵੀ ਇਹਨਾਂ ਨੇ ਕੋਈ ਹੈਰੋਇਨ ਦੀ ਖੇਪ ਲੈ ਕੇ ਲੰਘਣਾ, ਜਿਸ ਆਧਾਰ 'ਤੇ ਸਾਡੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਅਲੱਗ ਅਲੱਗ ਜਿਹੜੀਆਂ ਕੰਸਰਨਡ ਰੋਡ ਸੀ ਉਹਨਾਂ ਨੂੰ ਕਵਰ ਕੀਤਾ ਸੀਗਾ ਅਤੇ ਉਸ ਦੌਰਾਨ ਸਾਨੂੰ ਕਿਲੇ ਵਾਲੇ ਚੌਂਕ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ 'ਚ ਸਾਨੂੰ ਸਫਲਤਾ ਮਿਲੀ ਅਤੇ ਫਰਦਰ ਇਹਨਾਂ ਤੋਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਤਲਾਸ਼ ਕੀਤੇ ਜਾ ਰਹੇ ਨੇ ਵੀ ਇਹਨਾਂ ਨੇ ਬੇਸਿਕਲੀ ਲੈ ਕੇ ਕਿੱਥੋਂ ਆਏ ਨੇ ਅਤੇ ਗਾਂ ਕਿੱਥੇ ਸਪਲਾਈ ਕਰਨੀ ਸੀ। ਸਰ ਇਹ ਡਰੋਨ ਦੇ ਜ਼ਰੀਏ ਆਈ ਹੈ ਜਿਹੜੀ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੋਵੇ ਤਾਂ? ਜਿਹੜੀ ਮੁੱਢਲੀ ਤਫਤੀਸ਼ ਆ ਉਹਦੇ ਦੌਰਾਨ ਇਹੀ ਸਾਹਮਣੇ ਆਇਆ ਕਿ ਇਹ ਜਿਹੜੀ ਹੈਰੋਇਨ ਹੈ ਇਹ ਸਾਰੀ ਡਰੋਨ ਦੇ ਰਸਤੇ ਆਈ ਹੈ, ਪਰ ਇਹ ਕਿੱਥੇ ਡਰੋਨ ਓਪਰੇਟ ਹੋਇਆ ਅਤੇ ਕਿਹੜੀ ਡਰੋਨ ਸਾਈਟਿੰਗ ਹੈ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਪਾਕਿਸਤਾਨ ਤੋਂ ਆਈ ਹੋਈ? ਹਾਂਜੀ, ਨੈਚੁਰਲੀ ਉੱਥੇ ਹੀ ਹੈ ਜੀ, ਇੱਕੋ ਹੀ ਸੋਰਸ ਹੈ ਸਾਡੇ ਕੋਲ। ਸਰ ਇਹਦੀ ਵੈਸੇ ਮਾਰਕੀਟ ਵੈਲਿਊ ਕੀ ਹੈਗੀ ਹੈ, ਔਰ ਸਰ ਇਹ ਬੇਸਿਕਲੀ ਕਿੱਥੇ ਲੈ ਕੇ ਜਾਣੀ ਸੀ, ਕੁਛ ਇਹਨਾਂ ਨੇ ਦੱਸਿਆ? ਉਹ ਤਫਤੀਸ਼ ਦਾ ਹਿੱਸਾ ਜੀ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਇਹ ਕਿੱਥੇ ਲੈ ਕੇ ਜਾਣੀ ਸੀ, ਕਿਉਂਕਿ ਉਹ ਫਾਰਵਰਡ ਲਿੰਕ ਤਾਂ ਹੀ ਦੇਖਾਂਗੇ ਨਾ ਜੇਕਰ ਇਹਨਾਂ ਦੋਵਾਂ ਨੂੰ ਪੁੱਛਾਂਗੇ ਵੀ ਇਹ ਜਾਣੀ ਕਿੱਥੇ ਸੀਗੀ ਅਤੇ ਉਹਨਾਂ ਦੇ ਜਿਹੜੇ ਟੈਕਨੀਕਲੀ ਜਾਂ ਫਿਜ਼ੀਕਲੀ ਜਾਂ ਹਿਊਮਨ ਇੰਟ ਦੇ ਸਾਰੂ ਜਿੰਨੀ ਵੀ ਸਾਨੂੰ ਇਹਦੀ ਇਨਫੋਰਮੇਸ਼ਨ ਅੱਗੇ ਨਿਕਲੇਗੀ, ਰਿਵੀਲ ਹੋਏਗੀ, ਉਹ ਤੁਹਾਡੇ ਨਾਲ ਸ਼ੇਅਰ ਕਰ ਲਈ। ਸਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਵੀ ਸਰ ਇਹ ਸਰਕੂਲੇਟ ਕੀਤੀ ਜਾਂਦੀ ਹੈਗੀ ਹੈ ਜੋ ਇੰਨੀ ਵੱਡੀ ਖੇਪ ਆਉਂਦੀ ਹੈ? ਇਹ ਡਿਪੈਂਡ ਕਰਦਾ ਇਹਦੇ 'ਚ ਦੋ ਚੀਜ਼ਾਂ ਨੇ, ਅਦਰ ਇਧਰ ਇਹ ਕੁਛ ਹਿੱਸਾ ਇੱਥੇ ਕੰਜ਼ਿਊਮ ਹੁੰਦਾ, ਕੁਛ ਹਿੱਸਾ ਹੋ ਸਕਦਾ ਜਿਹੜੇ ਮੈਟਰੋ ਸਿਟੀਜ਼ ਨੇ ਉਹਨਾਂ 'ਚ ਵੀ ਜਾਂਦਾ ਹੋਵੇ, ਪਰ ਅਜੇ ਤੱਕ ਇੱਦਾਂ ਦਾ ਲਿੰਕ ਜਿਹੜਾ ਹੈਗਾ ਥਰੂ ਇੰਟਰੋਗੇਸ਼ਨ ਹੀ ਸਾਹਮਣੇ ਆਏਗਾ। ਤਫਤੀਸ਼ ਕਰਦੇ ਹਾਂ, ਲੈਟ ਅਸ ਚੈੱਕ ਉਹਦੇ ਜੋ ਵੀ ਆਪਦੇ। ਗੱਡੀ ਇਹਨਾਂ ਦੇ ਨਾਂ 'ਤੇ ਹੈ ਜੀ? ਗੱਡੀ ਦੀ ਵੈਰੀਫਾਈ ਕਰ ਰਹੇ ਹਾਂ ਜੀ, ਗੱਡੀ ਦਾ ਨੰਬਰ ਸਾਡੇ ਕੋਲ ਆ ਗਿਆ, ਅਸੀਂ ਉਹਨੂੰ ਚੈੱਕ ਕਰਕੇ ਤੁਹਾਨੂੰ ਕਲੀਅਰ ਕਰ ਦਿਆਂਗੇ। ਜਿਹੜੀ ਗੱਡੀ ਹੈਗੀ ਹੈ PB18 ਹੈ, ਉਹ ਬਟਾਲੇ ਦਾ ਨੰਬਰ ਹੈ, ਬੇਸਿਕਲੀ ਸੈਕਿੰਡ ਹੈਂਡ ਖਰੀਦੀ ਹੋ ਸਕਦੀ ਹੈ, ਮਤਲਬ ਸੈਕਿੰਡ ਹੈਂਡ ਵਿਕੀ ਹੋ ਸਕਦੀ ਹੈ, ਉਹ ਚੈੱਕ ਕਰ ਲੈਂਦੇ ਜੀ। ਜਿਹਨਾਂ ਤੋਂ ਇਲਾਵਾ ਕੁਛ ਹੋਰ ਵੀ ਬਰਾਮਦ?
ਕੀ ਕਿਹਾ ਜੀ? ਕਾਰ ਤੋਂ ਇਲਾਵਾ ਹੈਰੋਇਨ ਤੇ ਨਹੀਂ, ਕਾਰ 16 ਪੈਕਟ ਜਿਹਦਾ ਟੋਟਲ ਵਜ਼ਨ 12 ਕਿਲੋ, ਹੈਰੋਇਨ ਤੇ 2 ਮਤਲਬ ਵਿਅਕਤੀ ਹੈ ਜੀ। ਸਰ ਇਹ ਜਿਹੜੀ ਹੈਰੋਇਨ ਦੀ ਗੱਲ ਕਰ ਰਹੇ ਇਹ ਕਿਸ ਜਗ੍ਹਾ ਤੋਂ ਲੈ ਜਾਂਦੇ ਸੀ? ਤਾਲਬੰਦੀ ਤੋਂ ਮਿਲੀ ਹੈ ਜਾਂ ਖੇਤ ਤੋਂ ਮਿਲੀ? ਕਿੱਥੋਂ? ਇਹਨਾਂ ਨੇ ਕਿੱਥੋਂ? ਨਹੀਂ ਉਹ ਪੜਤਾਲ ਦਾ ਵਿਸ਼ਾ ਜੀ, ਸਾਨੂੰ ਪੜਤਾਲ ਕਰਨ ਦਿਓ। ਅਸੀਂ ਤਾਂ ਬੰਦੇ ਫੜੇ ਨੇ ਹੈਰੋਇਨ ਦੇ ਨਾਲ, ਉਹ ਪੜਤਾਲ ਕਰਾਂਗੇ ਕਿ ਡਰੋਨ ਦੇ ਰਸਤੇ ਆਈ ਹੈ। ਇਹਨਾਂ ਤੁਹਾਨੂੰ ਦੱਸਤਾ, ਹੁਣ ਚੈੱਕ ਕਰਾਂਗੇ ਕਿਹਦੇ ਖੇਤ 'ਚੋਂ ਆਈ ਹੈ ਜਾਂ ਕਿਹੜੇ ਸੋਰਸ ਇਹਨਾਂ ਦਾ ਇੱਥੇ ਹੈਗਾ ਜਿਹਦੇ ਕੋਲ ਲੈ ਕੇ ਆਏ ਨੇ, ਕਿਉਂਕਿ ਇਹ ਆਪ ਵੀ ਤਰਨ ਤਾਰਨ ਤੋਂ ਆਏ ਆ, ਝਵਾਲ ਥਾਰਾਂ ਇੱਥੋਂ ਵੀ ਕਾਫੀ ਦੂਰ ਪੈਂਦਾ। ਇਹਨੇ ਹੀਰੋਇਨ ਮਿਲੀ ਕਿਵੇਂ ਸਰ? ਕਿਸੇ ਪਿੰਡ ਤੋਂ ਲੈ ਕੇ ਆਏ, ਕਿਸੇ ਖੇਤ ਤੋਂ ਉਠਾਈ ਹੈ ਕੋਈ? ਕੁਛ ਇਸ ਤੋਂ ਸਾਨੂੰ ਵੀ ਕਰ ਲੈਣ ਦਿਓ, ਚੈੱਕ ਕਰ ਲਈਏ, ਤੁਹਾਨੂੰ ਦੱਸ ਦਿਆਂਗੇ ਸਾਰੀ। ਅਸਲ 'ਚ ਨਾ ਡਰੋਨ ਦੀ ਜਿਹੜੀ ਟੈਕਨੋਲੋਜੀ ਹੈ ਇਹਦੇ 'ਚ ਸਫਿਸਟੀਕੇਸ਼ਨ ਡੇ ਬਾਈ ਡੇ ਵਧਦੀ ਜਾ ਰਹੀ ਹੈ। ਡਰੋਨ ਪਹਿਲਾਂ ਤਾਂ ਇਹ ਸੀਗਾ ਵੀ ਡਰੋਨ ਦੀ ਜਿਹੜੀ ਸਾਊਂਡ ਬਹੁਤ ਜ਼ਿਆਦਾ ਹੁੰਦੀ ਸੀਗੀ, ਹਮਿੰਗ ਸਾਊਂਡ। ਹੁਣ ਡਰੋਨ ਦੀ ਹਮਿੰਗ ਸਾਊਂਡ ਸਫਿਸਟੀਕੇਟਡ ਪੱਖਿਆਂ ਵਗੈਰਾ ਦੇ ਕਰਕੇ ਨਾ ਜਿਹੜੀ ਡਰੋਨ ਦੀ ਹਮਿੰਗ ਸਾਊਂਡ ਆ ਉਹਦਾ ਲੈਵਲ ਵੀ ਘੱਟ ਗਿਆ, ਅਤੇ ਡਰੋਨ ਦੀ ਜਿਹੜੀ ਪਾਵਰ ਆ ਉਹ ਵੀ ਵੱਧ ਗਈ ਹੈ। ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਨੀਚੇ ਸੁਣਾਈ ਵੀ ਨਹੀਂ ਦਿੰਦੀ। ਜਿੱਥੋਂ ਤੱਕ ਡਰੋਨ ਦੇ ਵਿੱਚ ਇੰਡੀਕੇਟਰਾਂ ਦਾ ਸਵਾਲ ਹੁੰਦਾ ਸੀਗਾ ਵੀ ਦੂਰੋਂ ਚਮਕ ਜਾਂਦੇ ਸੀਗੇ, ਉਹਦੇ ਉੱਤੇ ਵੀ ਮੋਟੀ ਬਲੈਕ ਟੇਪ ਲਾ ਦਿੱਤੀ ਜਾਂਦੀ ਹੈ, ਡਬਲ ਟੇਪ ਹੈ ਤਾਂ ਕਿ ਇੰਡੀਕੇਟਰ ਨਜ਼ਰ ਹੀ ਨਾ ਆਵੇ। ਇਸ ਕਰਕੇ ਥੋੜ੍ਹਾ ਜਿਹਾ ਉਸ ਵਿਸ਼ੇ 'ਤੇ BSF ਨੂੰ ਵੀ ਇਹਨਾਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜੇਕਰ ਡਰੋਨ ਦੀ ਮੂਵਮੈਂਟ ਨਜ਼ਰ ਆਉਂਦੀ ਹੈ ਤਾਂ ਉਹਨਾਂ ਵੱਲੋਂ ਇਮੀਡੀਏਟਲੀ ਫਾਇਰਿੰਗ ਹੋਣ ਬਾਅਦ ਇਹ ਜਿਹੜੀ ਮੂਵਮੈਂਟ ਹੈ ਬੰਦ ਹੋ ਜਾਂਦੀ ਹੈ, ਜਾਂ ਤਾਂ ਡਰੋਨ ਵਾਪਸ ਚਲਾ ਜਾਂਦਾ ਜਾਂ ਇੱਧਰ ਡਿੱਗ ਪੈਂਦਾ ਜਾਂ ਕੁਛ ਇੱਦਾਂ ਦਾ ਹੀ ਕਾਰਵਾਈ BSF ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਹੈ। ਲੱਗਦਾ ਕਿ ਕੁਛ ਇਸ ਦੌਰਾਨ ਇਹਨਾਂ ਦੇ ਕੋਲੋਂ ਵੱਡੇ ਸਮਗਲਰਾਂ ਦੇ ਜਿਹੜੇ ਕੰਟੈਕਟ ਆ ਜਾਂ ਸੰਪਰਕ ਉਹ ਨਿਕਲ ਕੇ ਸਾਹਮਣੇ ਆ ਸਕਦੇ? ਇਹਦੇ ਵਿੱਚ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ 12 ਕਿਲੋ ਵੀ ਕੋਈ ਥੋੜ੍ਹੀ ਅਮਾਊਂਟ ਫਿਗਰ ਨਹੀਂ ਹੈਗੀ ਜੇਕਰ ਦੇਖਿਆ ਜਾਵੇ ਹੈਰੋਇਨ ਦੇ ਮਾਮਲੇ ਦੇ ਵਿੱਚ। ਜੇਕਰ 12 ਕਿਲੋ ਵਾਲੇ ਇਹ ਹੈਗੇ ਨੇ ਤਾਂ ਇਹਨਾਂ ਨੇ ਗਾਂਹ ਦੇਣੀ ਸੀ, ਜਾਂ ਇਹ ਖੁਦ ਉਹਨੇ, ਜਾਂ ਹੁਣ ਤੱਕ ਜਿਵੇਂ ਗੁਰਵਿੰਦਰ ਬਿੰਦਰ ਹੈਗਾ ਇਹਦੇ 2014 ਦੇ ਵਿੱਚ 16 ਕਿਲੋ ਹੈਰੋਇਨ ਦਾ ਪਰਚਾ ਹੋ ਚੁੱਕਿਆ। ਜੇ 16 ਕਿਲੋ ਹੈਰੋਇਨ ਨੂੰ ਉਦੋਂ ਡੀਲ ਕਰਦਾ ਸੀ, 12 ਕਿਲੋ ਹੁਣ ਲੈਣਾ, ਇਹਦਾ ਮਤਲਬ ਇਹ ਖੁਦ ਵੀ ਵੱਡੇ ਸਮਗਲਰਾਂ ਨਾਲ ਇਨਵੋਲਵ ਹੈ। ਉਹ ਚੈੱਕ ਕਰਦੇ ਹਾਂ ਜੀ, ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਇਆ ਉਹਦੇ ਖੁਲਾਸੇ ਕੀਤੇ ਜਾਣਗੇ। ਮਾਰਕੀਟ ਵੈਲਿਊ ਕੀ ਹੈ ਜੀ? ਮਾਰਕੀਟ ਵੈਲਿਊ ਤਾਂ ਤੁਹਾਡੇ ਵੱਲੋਂ ਗਦਾਨੀ ਗਈ ਹੈ ਜੀ, ਸਾਡੇ ਵੱਲੋਂ ਤਾਂ ਕੋਈ ਨਹੀਂ ਹੈ ਕਿਉਂਕਿ ਅਸੀਂ ਕਦੇ ਵੇਚਣ ਨਹੀਂ ਗਏ। ਸਰਹੱਦੋਂ ਪਾਰ ਲਗਾਤਾਰ ਪਾਕਿਸਤਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਿੱਟਾ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ, ਅਤੇ ਲਗਾਤਾਰ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਅਤੇ ਸਰਹੱਦੋਂ ਪਾਰ ਹੈਰੋਇਨ ਫਿਰੋਜ਼ਪੁਰ ਦੇ ਵਿੱਚ ਦਾਖਲ ਹੋ ਰਹੀ ਹੈ, ਜਿਸ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀ ਕਾਊਂਟਰ ਇੰਟੈਲੀਜੈਂਸੀ ਨੇ ਹਾਸਲ ਕੀਤੀ ਹੈ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਹੈਰੋਇਨ ਡਰੋਨ ਦੇ ਜ਼ਰੀਏ ਭਾਰਤ ਪਹੁੰਚੀ, ਫਿਰੋਜ਼ਪੁਰ ਪਹੁੰਚੀ।